ਜਾਣੀ ਕਿ ਇਮਰਾਨ ਨੇ ਫਿਰ ਸਿੱਧੂ ਦੀ ਠੁੱਕ ਬਣਾਈ ਹੈ, ਤੁਹਾਨੂੰ ਕੀ ਲੱਗਦਾ ਹੈ ਸਿੱਧੂ ਦੀ ਇਸ ਨਾਲ ਠੁੱਕ ਬਣੇਗੀ? ਉਹਦੇ ਕਿੰਨਾ ਵੀ ਪਾਕਿਸਤਾਨ ਦੇ ਉਲਟ ਜਾਣ ਦੇ ਬਾਵਜੂਦ ਉਹ ਮੇਰੇ ਕੋਲ ਸਿੱਖਾਂ ਦੀ ਕਾਫੀ ਫਿਕਰ ਕਰ ਰਿਹਾ, ਰਾਈਟ? ਪਤਾ ਨੀ ਉਹਦੇ ਪਿੱਛੇ ਕਾਰਨ ਕੀ ਹੋਊਗਾ, ਜਿਵੇਂ ਮਨਮੋਹਨ ਸਿੰਘ ਨੂੰ ਸੱਦਾ ਦੇਣਾ, ਹੁਣ ਸਿੱਧੂ ਨੂੰ ਦਿੱਤਾ ਤੇ, ਪਰ ਮੈਂ ਇੱਕ ਗੱਲ ਕਹੂੰਗਾ ਵੀ ਇਹਨਾਂ ਦੇ ਮੂੰਹ ਤੇ ਜ਼ਰੂਰ ਚਪੇੜ ਹੋਊਗੀ ਜੇ ਸਿੱਧੂ ਸਾਹਿਬ ਨਹੀਂ ਜਾਂਦੇ ਆ ਉੱਥੇ। ਭਾਵੇਂ ਗੁਰੂ ਨਾਨਕ ਇਹਨਾਂ ਦੇ ਘਰੇ ਆ, ਜੇ ਇਹ ਨੀ ਸੁਧਰਨ ਵਾਲਾ ਪੰਜਾਬ ਤੇ ਹਿੰਦੁਸਤਾਨ ਦੇ ਲੀਡਰ, ਆਮ ਲੋਕ ਤਾਂ ਚੱਲ ਪਹਿਲਾਂ ਗੁਰੂ ਨਾਨਕ ਨੂੰ ਮੰਨ, ਇਹ ਯਾਰ ਸੰਦੇਸ਼ ਦੇਣਾ, ਸੰਦੇਸ਼ ਤੁਸੀਂ ਦੇਣਾ ਗੁਰੂ ਨਾਨਕ ਦਾ, ਕਮਾਲ ਹੋ ਗਈ ਲੋਕਾਂ ਨੂੰ, ਕਿੰਨੇ ਸੰਤ ਮਹਾਂਪੁਰਸ਼ ਲੋਕ ਨੇ, ਕਿੰਨੇ ਸੰਦੇਸ਼ ਦੇਣ ਵਾਲੇ, ਤੁਸੀਂ ਸੰਦੇਸ਼ ਦੇਣਾ। ਮੋਦੀ ਸਾਹਿਬ ਜਦੋਂ ਜਾਂਦੇ ਬਿਨਾਂ ਸੱਦੇ ਤੋਂ ਚਲੇ ਜਾਂਦੇ ਚਾਹ ਪੀਣ, ਉਹਨਾਂ ਦੇ ਬਰਥਡੇ ਤੇ ਕਿਸੇ ਨਾ ਕਿਸੇ ਤੇ ਉਦੋਂ ਸੱਦਿਆ ਵੀ ਨਹੀਂ ਹੁੰਦਾ, ਸਿੱਧੂ ਨੂੰ ਸੱਦਿਆ, ਇੱਜ਼ਤ ਬਣੂਗੀ ਬਹੁਤ ਜ਼ਿਆਦਾ। ਪਾਕਿਸਤਾਨ ਦੀ ਤਰਫੋਂ ਜਿਹੜੀਆਂ ਨਪਾਕ ਹਰਕਤਾਂ ਹੋ ਰਹੀਆਂ ਨੇ, ਹੈਰੋਇਨ ਦਾ ਇਸ ਤਰ੍ਹਾਂ ਧੜਾ ਧੜਾ ਆਉਣਾ, 6-6 ਕੁਇੰਟਲ ਹੈਰੋਇਨ ਲੂਣ ਦੇ ਰੂਪ ਦੇ ਵਿੱਚ ਭੇਜਣੀ, ਕੀ ਇਹ ਪਾਕਿਸਤਾਨ ਸਰਕਾਰ ਨੂੰ ਪਤਾ ਨਹੀਂ ਕਿ ਉੱਧਰੋਂ ਇੰਨਾ ਨਸ਼ਾ ਉੱਧਰ ਵੀ ਇੰਨਾ ਘਾਤਕ ਹੈ ਕਿ ਉਹ ਕਿਵੇਂ ਇੱਦਾਂ ਆ ਰਿਹਾ? ਰਲੀ ਮਿਲੀ ਗੇਮ ਹੈ, ਪਾਕਿਸਤਾਨ ਦੇ ਵੀ ਜਿਹੜੇ ਦੰਦ ਨੇ ਉਹ ਖਾਣ ਦੇ ਹੋਰ, ਦਿਖਾਉਣ ਦੇ ਹੋਰ ਹੈ। ਇਹ ਲਾਂਘੇ ਵਾਲਾ ਕੰਮ ਸਹੀ ਅਮਨ ਅਮਾਨ ਨਾਲ ਚੱਲ ਗਿਆ, ਜੇ ਇਹਨਾਂ ਨੇ ਵੇਖਿਆ ਵੀ ਇਸੇ ਖੁਦ ਦਾ ਰਲਦੇ ਪਏ ਤੇ ਪੰਜਾਬ ਦੇ ਵਿੱਚ ਵੀ ਉਹ ਕਸ਼ਮੀਰ ਵਾਲਾ ਐਕਸ਼ਨ ਹੋਏਗਾ, ਤੁਸੀਂ ਵੇਖ ਲਿਓ, ਯਾਦ ਰੱਖਿਓ ਮੇਰੀ ਗੱਲ। ਕਸ਼ਮੀਰ ਸਮੱਸਿਆ ਉਵੇਂ ਦੀ ਉਵੇਂ ਮੂੰਹ ਅੱਡੀ ਖੜੀ ਹੈ, 370 ਨੂੰ ਲੈ ਕੇ ਜੋ ਕੁਛ ਹੈ ਉਸ ਤਰ੍ਹਾਂ ਰੋਜ਼ ਧਮਾਕੇ ਨੇ ਜਿਹੜੇ, ਕਸ਼ਮੀਰ ਦੇ ਵਿੱਚ ਅਫਰਾ ਤਫਰੀ ਹੈ ਜਿਹੜੀ ਵੱਧ ਰਹੀ ਆ, ਰੋਜ਼ ਇਹ ਦਿਨ ਘੜੀਆਂ ਘੜਾਈਆਂ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ, ਕਦੇ ਕਦੇ ਜ਼ਾਕਰ ਮੂਸਾ ਆ ਗਿਆ, ਕਦੇ ਕਹਿੰਦੇ ਕੁਛ ਆ ਗਿਆ, ਕਦੇ ਕਹਿੰਦੇ ਕੁਛ ਆ ਗਿਆ, ਅਸੀਂ ਤਾਂ ਮੂਸੇ ਮਾਸੇ ਵਾਲਿਆਂ ਨੇ ਹੀ ਮਾਰ ਲਏ। ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ, ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਗਲੋਬਲ ਪੰਜਾਬ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਦੇ ਵਾਸਤੇ ਤੁਸੀਂ ਗਲੋਬਲ ਪੰਜਾਬ ਦੀ ਐਪ ਐਂਡਰਾਇਡ ਰੋਕੋ ਅਤੇ ਡਾਊਨਲੋਡ ਕਰੋ। ਚੈਨਲ ਪੰਜਾਬੀ ਨੂੰ ਕੈਨੇਡਾ ਭਰ ਦੇ ਵਿੱਚ ਵੇਖਣ ਵਾਸਤੇ ਤੁਸੀਂ ਕੇਬਲ ਨੈੱਟਵਰਕ ਰੋਜ਼ਰ ਬੈੱਲ ਸ਼ਾਹ ਅਤੇ ਟੈਲਸ ਦੀਆਂ ਸੇਵਾਵਾਂ ਲੈ ਸਕਦੇ ਹੋ। ਇਸ ਪ੍ਰੋਗਰਾਮ ਦਾ ਰਿਪੀਟ ਵੇਖਣ ਦੀ ਇੱਛਾ ਹੋਵੇ ਤਾਂ ਯੂਟਿਊਬ 'ਤੇ ਜਾ ਕੇ, ਚੈਨਲ ਪੰਜਾਬੀ ਟੀ ਵੀ ਦੇ ਨਾਂ 'ਤੇ ਬਣਿਆ ਹੋਇਆ ਪੇਜ ਹੈ, ਉੱਥੇ ਜਾ ਕੇ ਰਿਪੀਟ ਟੈਲੀਕਾਸਟ ਇਸ ਪ੍ਰੋਗਰਾਮ ਦਾ ਵੇਖਿਆ ਜਾ ਸਕਦਾ। ਅਤੇ ਇਹ ਪ੍ਰੋਗਰਾਮ ਭਾਰਤੀ ਸਮਾਂ ਮੰਗਲਵਾਰ ਤੋਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਔਨ ਏਅਰ ਹੁੰਦਾ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਟਿਆਲਾ ਸਟੂਡੀਓ ਦਾ ਗਲੋਬਲ ਪੰਜਾਬ ਟੈਲੀਵਿਜ਼ਨ ਹੈੱਡ ਆਫਿਸ ਦਾ ਨੰਬਰ ਹੈ 0175-5156। ਅਮਰੀਕਾ ਦਾ ਆਪਣਾ ਨੰਬਰ ਹੈ 201-301-2785। ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਰਤਾਰਪੁਰ ਲਾਂਘਾ। ਹਾਲਾਂਕਿ ਕਰਤਾਰਪੁਰ ਲਾਂਘੇ ਦੇ ਦੌਰਾਨ ਜੋ ਡਿਵੈਲਪਮੈਂਟ ਹੋ ਰਹੀ ਹੈ, ਉਸ ਦੌਰਾਨ ਦੋਨੇ ਮੁਲਕਾਂ ਦੀਆਂ ਸਰਕਾਰਾਂ ਸਤਰਕ ਨੇ ਹਰ ਪੱਖੋਂ, ਅਤੇ ਦਾ ਪੇਚ ਵੀ ਸਿਆਸੀ ਤੌਰ 'ਤੇ ਖੇਡੇ ਜਾ ਰਹੇ ਨੇ। 575 ਮੈਂਬਰਾਂ ਦੀ ਸੂਚੀ ਜਾਰੀ ਹੋ ਗਈ ਹੈ ਜਿਨ੍ਹਾਂ ਨੇ ਪਾਕਿਸਤਾਨ ਜਾਣਾ, ਜਿਨ੍ਹਾਂ 'ਚ ਡਾਕਟਰ ਮਨਮੋਹਨ ਸਿੰਘ, ਪੰਜਾਬ ਕੈਬਨਿਟ ਦੇ ਸਾਰੇ ਹੀ MLA, ਪੰਜਾਬ ਦੇ ਸਾਰੇ ਹੀ ਮੈਂਬਰ ਪਾਰਲੀਮੈਂਟ, ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਬਤੌਰ MLA ਸ਼ਾਮਲ ਹੈ, ਹਰਸਿਮਰਤ ਕੌਰ ਬਾਦਲ ਜਾਂ ਹੋਰ ਵਿਰੋਧੀ ਧਿਰ ਦੇ ਆਗੂ ਵੀ ਸ਼ਾਮਲ ਨੇ। ਅਤੇ ਇਸ ਦੌਰਾਨ ਜਿਹੜਾ ਹੈਗਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਰਫੋਂ ਇੱਕ ਵਿਸ਼ੇਸ਼ ਸੱਦਾ ਨਵਜੋਤ ਸਿੰਘ ਸਿੱਧੂ ਨੂੰ ਉਚੇਚਾ ਉਹਨਾਂ ਉਦਘਾਟਨ ਸਮਾਗਮਾਂ ਦੇ ਵਾਸਤੇ ਆਇਆ, ਜਾਣੀ ਕਿ ਇਮਰਾਨ ਨੇ ਫਿਰ ਸਿੱਧੂ ਦੀ ਠੁੱਕ ਬਣਾਈ ਹੈ। ਤੁਹਾਨੂੰ ਕੀ ਲੱਗਦਾ ਹੈ ਸਿੱਧੂ ਦੀ ਇਸ ਨਾਲ ਠੁੱਕ ਬੰਨੇਗੀ ਜਾਂ ਸਿੱਧੂ ਦੇ ਅਹੁਦੇ ਨੂੰ ਹੋਰ ਗਿਰਾਵਟ ਆਵੇਗੀ? ਕਿਉਂਕਿ ਪਾਕਿਸਤਾਨ ਦੀ ਤਰਫੋਂ ਭਾਰਤ ਦੇ ਕਿਸੇ ਵਿਅਕਤੀ ਨੂੰ ਉਚੇਚੇ ਤੌਰ 'ਤੇ ਇਸ ਤਰ੍ਹਾਂ ਦਾ ਸੱਦਾ ਪੱਤਰ ਆਉਣਾ, ਅਤੇ ਉਸ ਦੇ ਕੀ ਮਾਨੇ ਨੇ? ਕਿਉਂਕਿ ਪਹਿਲਾਂ ਵੀ ਕਿਹਾ ਗਿਆ ਸੀ ਕਿ ਬਤੌਰ ਸਿੱਖ ਡਾਕਟਰ ਮਨਮੋਹਨ ਸਿੰਘ ਨੂੰ ਸੱਦਾ ਪੱਤਰ ਉਹਨਾਂ ਵੱਲੋਂ ਦਿੱਤਾ ਜਾਵੇਗਾ, ਪਰ ਕਾਂਗਰਸ ਨੇ ਪਹਿਲਾਂ ਹੀ ਮਨ੍ਹਾ ਕਰ ਦਿੱਤਾ ਸੀ। ਪਰ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਫਿਰ ਇਮਰਾਨ ਖਾਨ ਵੱਲੋਂ ਜਿਹੜਾ ਹੈਗਾ ਅਧਿਕਾਰਤ ਤੌਰ 'ਤੇ ਸੱਦਾ ਪੱਤਰ ਦਿੱਤੇ ਜਾਣ ਦੀ ਗੱਲ ਪਾਕਿਸਤਾਨ ਦੇ ਆਲਾ ਅਧਿਕਾਰੀਆਂ ਨੇ ਐਲਾਨ ਕੀਤੀ ਹੈ। ਪਰ ਇਸ ਦੌਰਾਨ ਕੀ ਹੁਣ ਸਿੱਧੂ 'ਤੇ ਫਿਰ ਉਹੀ ਭਾਰਤ ਵਿਰੋਧੀ ਦਾ ਠੱਪਾ ਲੱਗੇਗਾ, ਜਾਂ ਇਸ ਭਾਰਤ ਪਾਕਿਸਤਾਨ ਦੇ ਦਰਮਿਆਨ ਬਣ ਰਹੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਰਵੱਈਏ ਦੇ ਬਾਰੇ ਤੁਹਾਡੀ ਕੀ ਰਾਏ, ਉਸ ਦੇ ਬਾਰੇ ਆਪ ਦਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਟਵਾਣਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਟਵਾਣਾ ਜੀ, ਗੱਲ ਇਹ ਆ, ਸਿੱਧੂ ਨੂੰ ਤਾਂ ਜਿਹੜਾ ਸੱਦਾ ਦਿੱਤਾ ਆ ਇਹ ਬੜੀ ਇੱਜ਼ਤ ਵਾਲੀ ਗੱਲ ਆ, ਪ੍ਰਧਾਨ ਮੰਤਰੀ ਉਹਨੂੰ ਸੱਦਾ ਦੇ ਰਿਹਾ, ਕਾਂਗਰਸ ਨੇ ਕੇਅਰ ਨਹੀਂ ਕੀਤੀ ਹੈ, ਸਿੱਧੂ ਦੀ ਬਦੌਲਤ ਸਾਡਾ ਕੋਰੀਡੋਰ ਖੁੱਲ ਰਿਹਾ ਆ। ਮੋਦੀ ਸਾਹਿਬ ਜਦੋਂ ਜਾਂਦੇ ਬਿਨਾਂ ਸੱਦੇ ਤੋਂ ਚਲੇ ਜਾਂਦੇ ਚਾਹ ਪੀਣ, ਉਹਨਾਂ ਦੇ ਬਰਥਡੇ ਤੇ ਕਿਸੇ ਨਾ ਕਿਸੇ ਤੇ, ਉਦੋਂ ਸੱਦਿਆ ਵੀ ਨਹੀਂ ਹੁੰਦਾ, ਸਿੱਧੂ ਨੂੰ ਸੱਦਿਆ, ਇੱਜ਼ਤ ਬਣੂਗੀ ਬਹੁਤ ਜ਼ਿਆਦਾ। ਇੱਕ ਮਾੜੀ ਜੀ ਇਸ ਤੋਂ ਹਟ ਕੇ ਮੈਂ ਗੱਲ ਕਹਿਣੀ ਚਾਹੁੰਦਾ, ਕਹਿ ਸਕਦਾ ਜੀ? ਕਹੋ ਕਹੋ ਪਲੀਜ਼। ਗੱਲ ਇਹ ਆ ਵੀ ਜਿਹੜਾ ਦਸਵੰਤ ਚਟਲ ਆਇਆ ਨਾ, ਮੈਂ ਤਾਂ ਇਹ ਕਹੂੰਗਾ ਇਹਨੇ ਮੱਥੇ ਦੀ ਫੂਟ ਗਈ ਇਹਦੀ ਦੇਖੇ, ਔਰ ਇਹਦੇ ਨਾਲ ਜਿੰਨਾ ਵੀ ਸਾਡਾ ਜਾਤ ਕਮਿਊਨਿਟੀ ਆ ਨਾ ਹਰਿਆਣੇ ਦੀ, ਉਹਦੀ ਪਿੱਠ ਵਿੱਚ ਛੁਰਾ ਘੋਪਦੀ ਆ ਉਸਨੇ, ਔਰ ਮੱਧੇ ਪੈਦੀ ਆ ਸਾਰੀ ਬੀਜੇਪੀ ਕੋਲ,
ਜੋ ਕਿ ਨੈਕਸਟ ਟਾਈਮ ਉਹਦਾ ਨਾ ਜਿਹੜਾ ਆਉਣ ਵਾਲਾ ਫਿਊਚਰ ਆ ਚਟਾਲੇ ਦਾ ਉਹ ਵੀ ਖਤਮ ਕਰਤਾ ਸਰ, ਆਪਣੇ ਪੇ ਨੂੰ ਛਡਾਉਣ ਲਈ ਇਹ ਕੰਮ ਕੀਤਾ। ਰਾਜਨੀਤੀ ਬਹੁਤ ਗੰਦੀ ਆ, ਇਦੂ ਗੰਦੀ ਰਾਜਨੀਤੀ ਅਸੀਂ ਨੀ ਕਿਸੇ ਦੇਖਿਆ ਸੀ, ਔਰ ਬਹੁਤ ਹੀ ਗੰਦੀ ਰਾਜਨੀਤੀ। ਸਿੱਧੂ ਨੂੰ ਸਲੂਟ ਆ, ਤੇ ਕੋਰੀਡੋਰ ਸਾਰਿਆਂ ਨੂੰ ਖੁੱਲ੍ਹਣਾ ਚਾਹੀਦਾ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਬਹੁਤ ਮਿਹਰਬਾਨੀ। ਮਿਹਰਬਾਨੀ ਜੀ, ਅਗਲੇ ਕਾਲਰ ਦਾ ਸਵਾਗਤ ਹੈ, ਤੁਸੀਂ ਆਨਰ ਹੋ। ਹੈਲੋ, ਹਾਂਜੀ ਚਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ। ਭੋਲਾ ਸਾਹਿਬ ਸਤਿ ਸ੍ਰੀ ਅਕਾਲ। ਹਾਂਜੀ ਗੱਲ ਹੈ ਜੀ, ਸਿੱਧੂ ਸਾਹਿਬ ਤਾਂ ਆਪਣਾ ਵਧਾਈ ਦਾ ਬੰਦਾ, ਪਰ ਇਹਨਾਂ ਨੇ ਨਾ ਗੱਲ ਸੁਣੋ, ਸ਼ਾਬਾਸ਼ ਤਾਂ ਉਹਨੂੰ ਦੇਣੀ ਚਾਹੀਦੀ। ਪਹਿਲਾਂ ਵੀ ਚਲੋ ਗੁਰੂ ਨਾਨਕ ਨੇ, ਚਲੋ ਉਹਨੇ ਤਾਂ ਆਖਿਆ ਨੀ, ਗੁਰੂ ਨਾਨਕ ਨੇ ਆਪ ਕੀਤੀ ਕਿਰਪਾ, ਤੇ ਪਰ ਜਿਹੜੀ ਗੱਲ ਹੈ ਨਾ, ਮਤਲਬ ਜਦੋਂ ਕੱਲ ਕੋਈ ਕਾਂਡ ਹੋ ਗਿਆ, ਕੋਈ ਮਾੜਾ ਮੋਟਾ ਵੀ ਅੱਤਵਾਦੀ ਗਤੀ ਹੋ ਗਈ, ਉਦੋਂ ਫਿਰ ਸਿੱਧੂ ਨੂੰ ਬੜਾ ਪਿੱਟਣ ਕਰਨਗੇ। ਉਦੋਂ ਆਖਣ ਕੇ ਸਿੱਧੂ ਨੇ ਕਰਾ ਦਿੱਤਾ, ਸਿੱਧੂ ਨੇ ਬੇਲੀ ਕਰਾ ਦਿੱਤਾ, ਸਿੱਧੂ ਨੇ, ਸਿੱਧੂ ਉਧਰ ਪਾਕਿਸਤਾਨ ਚਲਾ ਗਏ, ਬੜਾ ਕੁਛ ਕਰਨਗੇ। ਕੋਈ ਨਾ ਸੱਚਾ ਬੰਦਾ ਬਰਦਾਸ਼ਤ ਨੀ, ਤਨ ਚੋ ਕਰੀ ਛਾਤੀ ਕੁੱਟਦੇ ਹੁੰਦੇ ਘਰ ਜਾ ਜਾ ਕੇ, ਜਿੱਦਣ ਉਹਨੇ ਅਰਮਾਨ ਜੱਫੀ ਪਾਈ ਸੀ ਜਨਰਲ ਬਾਜਵਾ ਨਾਲ, ਉਦਣ ਕਿਸੇ ਨੂੰ ਪਤਾ ਨੀ ਸੀ। ਇੱਥੇ ਬੀਜੇਪੀ ਦੀਆਂ ਜਨਾਨੀਆਂ ਕੱਪੜੇ ਆਪਦੇ ਗਾਲੇ ਕਰੀ ਜਾਂਦੀਆਂ, ਤਾਂ ਫੋਟੋ ਵੱਲ ਵੇਖੀ ਜਾਂਦੀਆਂ ਤੇ ਕੱਪੜਿਆਂ ਦੇ ਗਾਲ ਸੰਭਲੀ ਜਾਂਦੀਆਂ। ਤੇ ਸਿੱਧੂ ਨੇ, ਤਾਂ ਸਿੱਧੂ ਰਹਿਣਾ ਸਾਰੀ ਦੁਨੀਆਂ ਨੂੰ ਪਤਾ, ਉਹ ਨਾ ਹਾਜ ਨਾ ਯਾਰੀ ਦੋਸਤੀ ਕਰਕੇ ਉਹਨੂੰ ਕਬੂਲਿਆ, ਨਾ ਸਾਗ ਸੱਦਿਆ ਜੀ, ਤੇ ਕਬੂਲ ਉਹਨੇ ਕਬੂਲ ਕੀਤਾ। ਜੋ ਸ਼ੁਕਰ ਹੁੰਦਾ, ਮਤਲਬ ਚੰਗਾ ਬੰਦਾ ਚੰਗਾ ਇਨਸਾਨ ਹੈ, ਅਰਮਾਨ ਖਾਨ ਵੀ ਚੰਗਾ, ਆਪਣੇ ਲੀਡਰਾਂ ਦਾ ਉਹ ਵੀ ਚੰਗਾ ਹੈ। ਇਹ ਤਾਂ ਜਿਹੜੇ ਆਜ਼ਾਦ ਸਿਆਸਤ, ਮੈਂ ਨਾ ਵੀ ਇਹ ਦੱਸ, ਉੱਧਰ ਕੌਡੇ ਰਾਕਸ਼ ਰਹਿਣਗੇ ਕਿ ਬਣ ਜਾਣਗੇ ਜਿਹੜੇ ਆਪਣੇ ਬੰਦੇ ਵਿੱਚ, ਜੇ ਗੁਰੂ ਨਾਨਕ ਇਹਨਾਂ ਦੇ, ਮੈਂ ਤਾਂ ਨਾ ਘਰ ਆ ਕੇ ਸਾਲ ਸਾਲ ਰਹਿ ਪਏ, ਫਿਰ ਵੀ ਸੁਧਰ ਸਕਦੇ। ਇਹਨਾਂ ਨੇ ਕੀ ਉੱਧਰ ਠੱਗੀਆਂ ਮਾਰ ਹਟ ਜਾਣਗੇ, ਜਿਹੜੇ ਕਿਸਾਨਾਂ ਨਾਲ ਜਵਾਨਾਂ ਨਾਲ ਵਾਅਦੇ ਕੀਤੇ ਉਹ ਸਾਰੇ ਪੂਰੇ ਹੋ ਜਾਣਗੇ। ਜਿਹੜੇ ਰਾਹ ਦੇ ਝੂਠ ਮਾਰੀ ਜਾਂਦੇ, ਇਹਨਾਂ ਦਾ ਕੀ ਇਤਬਾਰ ਹੈ ਜੀ। ਭਾਵੇਂ ਗੁਰੂ ਨਾਨਕ ਇਹਨਾਂ ਦੇ ਘਰੇ ਆ ਜੇ, ਇਹ ਨੀ ਸੁਧਰਨ ਵਾਲਾ ਪੰਜਾਬ ਤੇ ਹਿੰਦੁਸਤਾਨ ਦੇ ਲੀਡਰ। ਆਮ ਲੋਕ ਤਾਂ ਚੱਲ ਪਹਿਲਾਂ ਗੁਰੂ ਨਾਨਕ ਮੰਨ, ਇਹ ਯਾਰ ਸੰਦੇਸ਼ ਦੇਣਾ, ਸੰਦੇਸ਼ ਤੁਸੀਂ ਦੇਣਾ ਗੁਰੂ ਨਾਨਕ ਦਾ, ਕਮਾਲ ਹੋ ਗਈ ਲੋਕਾਂ ਨੂੰ। ਕਿੰਨੇ ਸੰਤ ਮਹਾਂਪੁਰਸ਼ ਲੋਕ ਨੇ, ਕਿੰਨੇ ਸੰਦੇਸ਼ ਦੇਣ ਵਾਲੇ, ਤੁਸੀਂ ਸੰਦੇਸ਼ ਦੇਣਾ, ਤੇ ਇਹ ਆਦੇ ਅਸੀਂ ਸੰਦੇਸ਼ ਪਹੁੰਚਾਉਣਾ। ਵੱਡੀ ਲਾ ਕੇ ਸਟੇਜ ਵੱਡੀ ਲਾਉਣੀ, ਅਸੀਂ ਛੋਟੀ ਲਾਉਣੀ, ਤੇ ਤੁਹਾਨੂੰ ਕਿੰਨੇ ਉੱਥੇ ਪੁੱਛਣਾ ਪਵੇ, 15 ਸਟੇਜਾਂ ਲਾ ਲਓ ਜੀ, ਵੀ ਤੁਹਾਨੂੰ ਜਾਣਾ ਕਿਸੇ ਨਮਸਕਾਰ ਕਰਨ ਜਾਣਾ, ਗੁਰੂ ਨਾਨਕ ਨੂੰ ਜਾਣਾ, ਇਹਨਾਂ ਨੂੰ ਕਿੰਨੇ ਪੁੱਛਣਾ। ਭਾਵੇਂ ਅਕਾਲੀ ਦਲ ਵੱਖਰੀ ਲਾ ਲੇ, ਉਹ ਵੱਖਰੀ ਲਾ ਲੇ, ਕਾਂਗਰਸ ਵੱਖਰੀ ਲਾ ਲੇ, ਵੀ ਇਹਨਾਂ ਨੂੰ ਮਤਲਬ ਹੀ ਕੋਈ ਨੀ ਕਹਿੰਦਾ, ਕਿਸੇ ਨੀ ਪੁੱਛਣਾ। ਸਾਹਿਬ ਲੋਟੂ ਟੋਲਾ ਵੀ ਕਹਿੰਦੇ, ਚਾਰ ਚਾਰ ਪੀੜ੍ਹੀਆਂ ਕਿਸਾਨਾਂ ਦੀਆਂ ਖਤਮ ਹੋ ਗਈਆਂ, ਉਹਦੇ ਤੋਂ 5 ਰੁਪਏ ਦਿੱਤੇ, ਇੱਥੇ ਤੁਸੀਂ ਕੀ ਗੁਰੂ ਨਾਨਕ ਨੂੰ ਵੱਡਾ ਬਣ ਕੇ ਵਿਖਾਉਂਦੇ? ਤੁਸੀਂ ਤਾਂ ਆਪਦੇ ਮੌਜ ਮੇਲੇ ਮਸਤੀ ਵਿਖਾਉਂਦੇ ਫਿਰਦੇ ਜੀ। ਅੱਗੇ ਗੁਰੂ ਨਾਨਕ ਆਪਣੇ ਘਰਾਂ 'ਚ ਹੀ ਵੱਸਦਾ, ਗੁਰਦੁਆਰਾ 'ਚ ਹੀ ਵੱਸਦਾ, ਅੱਗੇ ਕਿਹੜਾ ਤੁਸੀਂ ਗੁਰੂ ਨਾਨਕ ਨੂੰ ਮੰਨਦੇ ਜੀ? ਉਹਦਾ ਆਸਰਾ ਲਾ ਕੇ ਸਵਾਂ ਚੁੱਕੇ ਲੋਕਾਂ ਨਾਲ ਧੋਖੇ ਕਰਦੇ ਜੀ। ਧੋਖੇ ਤੋਂ ਬਿਨਾਂ ਅੱਜ ਤੱਕ ਕਿਸੇ ਲੀਡਰ ਨੇ ਪੰਜਾਬ ਦੇ ਕੁਛ ਕੀਤਾ? ਇਹਨਾਂ ਨੇ ਹਜ਼ਾਰਾਂ ਕਿੱਲਾਂ ਬਣ ਗਈਆਂ, ਅਰਬਾਪਤੀ ਬਣ ਜਾਂਦੇ 5 ਸਾਲਾਂ ਦੇ ਵਿੱਚ ਹੀ, ਐਸ ਪੀ ਜੀ ਸੀ ਮੈਂਬਰ ਬਣ ਜਾਂਦੇ ਅਰਬਾਪਤੀ, ਕਮਾਲ ਹੋ ਗਿਆ। ਵੀ ਇੰਨਾ ਗੰਦ ਵੀ ਕਿਤੇ ਹੈਗਾ ਕਿਸੇ ਧਰਮ ਦੇ ਵਿੱਚ ਜਿੰਨਾ ਆਪਣੇ ਚ ਪੈਣ, ਕਿੱਦਾਂ ਸੱਚਾ ਸੁੱਚਾ ਧਰਮ, ਸਾਰੀ ਦੁਨੀਆਂ ਤੋਂ ਚੰਗਾ ਧਰਮ ਗਿਣਿਆ ਲੋਕ ਅਜੇ ਵੀ ਇਹਦਾ ਨਾਂ ਲੈਂਦੇ ਨੇ ਸਿੱਖ ਧਰਮ ਦਾ। ਨੌਨ ਸਿੱਖ ਜਿਹੜੇ ਨੇ ਅੰਗਰੇਜ਼ ਮੰਨਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਿਆ, ਆਪਣੇ ਸਿੱਖ ਧਰਮ ਨੇ ਕੀ ਕਰ ਦਿੱਤਾ ਆਪਣੇ ਤੇ? ਦੱਸੋ ਜੀ, ਵੀ ਇੱਕ 5 ਰੁਪਈਏ ਦਾ ਗਰੀਬ ਦਾ ਕਿਸੇ ਦਾ ਫਾਇਦਾ ਨੀ ਕਰਨਾ? ਗਰੀਬ ਗੋਲਕ ਗੁਰੂ ਦੀ ਲੁੱਟੀ ਇਹਨਾਂ ਜਾਣੀ ਵਧੀਆ ਨੇ, ਸਾਰਿਆਂ ਨੇ ਮੁੱਖ ਮੰਤਰੀਆਂ ਤਾਂ ਖਾਧੀ ਇਹਨੇ, ਤੇ ਕੀ ਇਹਨੇ ਸਵਾਰਿਆ ਕੀ ਪੰਜਾਬ ਦਾ? ਇੱਕ ਵੀ ਜਦੋਂ ਆਹ ਗੱਲ ਕਰਦੇ ਸਰ ਸਿਆਲ ਜੀ, ਉਦੋਂ ਚਾਰ ਦੀ ਮੈਂ ਅੱਖ ਪਵਾ ਕੇ ਬਹਿੰਦੀ, ਉਹਦੇ ਡੈਡੀ ਦੀ ਚਾਰ ਆਈ ਬੈਂਕ ਦੀ, ਚਾਰੇ ਹੀ ਰਾਜਸਥਾਨ ਕੋਲ ਸੀ ਉਹਨਾਂ ਕੋਲ, ਬਾਬੇ ਕੋਲ ਸੀ, ਇਹਨਾਂ ਕੋਲ ਇੱਕ ਵੀ ਅੱਖਾਂ ਦਾ ਬੈਂਕ ਨੀ ਸੀ ਜਿਹੜਾ ਅੱਖ ਮਰੇ ਉਹਦੀ ਕੱਢ ਕੇ ਕਿਸੇ ਨੂੰ ਪਾ ਦੇਣ ਪੰਜਾਬ ਜਾਂ ਐਸ ਪੀ ਜੀ ਸੀ ਕੋਲ। ਫਿਰ ਉਹਦੀ ਇਹ ਚੜਾਈ ਕਿ ਹੋਈ ਸੀ, ਫਿਰ ਇਹਨਾਂ ਚੜਾਈ ਵੇਖੀ ਵੀ ਚੜਾਈ ਇਸ ਕਰਕੇ ਹੋਈ ਵੀ ਆਪਾਂ ਕਰਦੇ ਕੱਖ ਨੀ ਗੇ, ਇਹਨਾਂ ਨੂੰ ਫਟਕਾਰਾ ਪਈਆਂ ਦੇ ਕੇ ਨਾ ਲਿਆ। ਤੇ ਉਹ ਵੀ ਅੱਜ ਵੀ ਜੇ ਇਹਨਾਂ ਦੇ ਸਕੂਲ ਨੇ ਉੱਥੇ ਵੀ ਇਹਨਾਂ ਦੀ 10 ਗੁਣਾ ਜ਼ਿਆਦਾ ਫੀਸ, ਜੇ ਹੌਸਪੀਟਲ ਉੱਥੇ ਵੀ ਕੋਈ ਨੀ ਵੜ ਦਿੰਦੇ, ਆਪ ਹੀ ਜਾ ਸਕਦੇ ਨੇ। ਤੇ ਸਿੱਖਾਂ ਨੂੰ, ਸਿੱਖਾਂ ਦੀ, ਸਿੱਖਾਂ ਦਾ ਹੀ ਪੈਸਾ ਇਹੋ ਮੋਦੀ ਉੱਤਰ ਪ੍ਰਦੇਸ਼ ਦੇ ਵਿੱਚ, ਇਹਦਾ ਦੀ ਉਂਗਲੀ ਉੱਥੇ ਦੀ ਉਂਗਲੀ ਕਾਟ ਦਿਓ, ਜਿਹੜਾ ਕਹੇ ਵੀ ਮੈਂ ਆਹ ਚੀਜ਼ ਬਣਾਈ। ਅੱਜ ਹਰ ਗੱਲ ਆ ਸਾਡੀ ਬੀਜੇਪੀ ਦੀ, ਉਦੋਂ ਚੌਕੀਦਾਰ ਬਣ ਜਾਂਦੇ ਨੇ, ਹੁਣ ਸਰਦਾਰ ਬਣ ਜਾਂਦੇ, ਲੀਡਰ ਬਣ ਜਾਂਦੇ। ਇਹ ਤਾਂ ਜੀ ਆਪਣੇ ਕਦੇ ਕਰਮ, ਜਿਵੇਂ ਸਿੱਧੂ ਜੇ ਹਰਿਆਣੇ ਦੇ ਵਿੱਚ ਆ ਗਿਆ, ਦੁਸ਼ੰਤ ਆ ਗਿਆ, ਇਸੇ ਤਰ੍ਹਾਂ ਕਿਤੇ ਸਿੱਧੂ ਆ ਜੇ, ਉਹਨੂੰ ਸਾਰੀ ਦੁਨੀਆ ਚਾਹੁੰਦੀ। ਉਹ ਹਰਿਆਣੇ ਦਾ ਬੜਾ ਚੰਗਾ ਮੁੰਡਾ, ਚੌਧਰੀ ਦੇਵੀ ਲਾਲ ਦੁਬਾਰਾ ਉਹਨੂੰ ਮੰਨਦੇ ਨੇ, ਐਵੇਂ ਕਿਤੇ ਕਿਸਮ ਤੇ ਸੁਧਰੇਗੀ। ਬਾਕੀ ਇਹ ਲੀਡਰ ਨਾਲ ਪੰਜਾਬ ਖਤਮ ਕਰਦਾ ਤਾਂ ਨਦੀ ਕਿਨਾਰੇ ਰੁੱਖ ਲਿਆ ਦੀ ਗੱਲ ਹੋਈ ਵੀ ਖਤਮ ਹੋਈ ਵੀ। ਮਿਹਰਬਾਨੀ, ਧੰਨਵਾਦ ਜੀ। ਸ਼ਾਇਦ ਜਨਤਾ ਜਨਾਰਦਨ ਦੇ ਇਹਨਾਂ ਨੇਤਾਵਾਂ ਪ੍ਰਤੀ ਇਹੀ ਨਜ਼ਰੀਆ, ਪਰ ਲੋਕਾਂ ਕੋਲ ਵੀ ਹੱਲ ਕੋਈ ਨਹੀਂ ਹੈ। ਕਸ਼ਮੀਰ ਸਮੱਸਿਆ ਉਵੇਂ ਦੀ ਉਵੇਂ ਮੂੰਹ ਅੱਡੀ ਖੜ੍ਹੀ ਹੈ। 370 ਨੂੰ ਲੈ ਕੇ ਜੋ ਕੁਛ ਹੈ, ਉਸ ਤਰ੍ਹਾਂ ਰੋਜ਼ ਧਮਾਕੇ ਨੇ ਜਿਹੜੇ, ਕਸ਼ਮੀਰ ਦੇ ਵਿੱਚ ਅਫਰਾ ਤਫਰੀ ਹੈ ਜਿਹੜੀ ਵੱਧ ਰਹੀ ਹੈ। ਹਾਲਾਂਕਿ
ਯੂਰਪੀਅਨ ਡੈਲੀਗੇਸ਼ਨ ਜਿਹੜਾ ਆਇਆ ਉਸ ਤੋਂ ਬਿਆਨ ਦਵਾ ਦਿੱਤਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ, ਇਹ ਕੋਈ ਅਧਿਕਾਰਤ ਡੈਲੀਗੇਟ ਨਹੀਂ, ਇੱਕ ਐਨ ਜੀ ਓ ਦੇ ਸੱਦੇ 'ਤੇ ਆਏ ਲੋਕ ਨੇ। ਹਾਲਾਂਕਿ ਇਹਨਾਂ ਦੇ ਵਿੱਚ ਹੀ ਸ਼ਾਮਿਲ ਇੱਕ ਮੈਂਬਰ ਪਾਰਲੀਮੈਂਟ ਨੇ ਇੱਥੇ ਜਾਣੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਸੀ ਕਿ ਸਾਨੂੰ ਨਾ ਪੁਲਿਸ ਚਾਹੀਦੀ ਆ, ਸਾਨੂੰ ਸਿੱਧਾ ਲੋਕਾਂ ਨਾਲ ਮਿਲਣ ਦਾ ਅਧਿਕਾਰ ਦਿੱਤਾ ਜਾਵੇ, ਅਤੇ ਉਹ ਸ਼ਰਤਾਂ ਭਾਰਤ ਨੇ ਮੰਨੀਆਂ ਨਹੀਂ ਅਤੇ ਉਸ ਮੈਂਬਰ ਪਾਰਲੀਮੈਂਟ ਗੋਰੇ ਨੇ ਇਸ ਵਫਦ ਵਿੱਚ ਸ਼ਾਮਿਲ ਹੋਣੋਂ ਇਨਕਾਰ ਕਰ ਦਿੱਤਾ। ਜਿਹੜੇ ਬਾਕੀ ਦੇ ਆਏ ਨੇ ਉਹਨਾਂ ਨੇ ਹੁਣ ਫਿਰ ਘੜਿਆ ਘੜਾ ਇੱਕ ਬਿਆਨ, ਜਿਹੜਾ ਪੇਡ ਬਿਆਨ ਹੈ ਉਹ ਭਾਰਤ ਸਰਕਾਰ ਦੇ ਹੱਕ ਦੇ ਵਿੱਚ ਦੇ ਦਿੱਤਾ ਹੈ। ਅਤੇ ਇਸ ਦੌਰਾਨ ਜਿਹੜੇ ਨੇ ਆਵਾਸ ਨਕਵੀ ਹੋਰਾਂ ਨੇ, ਮੁਖਤਾਰ ਆਵਾਸ ਨਕਵੀ ਨੇ ਆਖਿਆ ਕਿ ਭਾਰਤ ਦੇ ਵਿੱਚ ਜਿਹੜੀ ਬਹੁਗਿਣਤੀ ਧਰਮ ਹੈ, ਜਿਹੜੇ ਬਹੁਗਿਣਤੀ ਲੋਕ ਨੇ, ਉਹਨਾਂ ਦੇ ਵਿੱਚ ਸਹਿਣਸ਼ੀਲਤਾ ਬਹੁਤ ਜ਼ਿਆਦਾ ਹੈ। ਕਿਆ ਬਾਤ ਹੈ, ਪਰ ਗਊ ਹੱਤਿਆ ਦੇ ਨਾਂ 'ਤੇ ਜਾਂ ਹੋਰ ਕਾਰਨਾਂ ਕਰਕੇ ਕਿੰਨੇ ਲੋਕ ਕੁੱਟੇ ਗਏ ਨੇ? ਕ੍ਰਿਸਚੈਨਿਟੀ ਨੂੰ ਪੁੱਛੋ, ਬੋਧੀਆਂ ਨੂੰ ਪੁੱਛੋ, ਜੈਨੀਆਂ ਨੂੰ ਪੁੱਛੋ, ਜਾਂ ਹੋਰ ਮਿਨੋਰਟੀਜ਼ ਨੂੰ ਪੁੱਛੋ ਕਿ ਉਹਨਾਂ ਦੇ ਨਾਲ ਵਾਪਰ ਕੀ ਰਿਹਾ ਹੈ। ਪਰ ਜਿਹੜੇ ਪੇਡ ਲੋਕ ਹੁੰਦੇ ਨੇ, ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੂਸਰੇ ਘੱਟ ਗਿਣਤੀਆਂ ਦੇ ਨੁਮਾਇੰਦੇ ਬਣ ਕੇ ਪੇਡ ਸਪੀਕਰ ਹੁੰਦੇ ਨੇ, ਉਹਨਾਂ ਨੇ ਇਹੀ ਕੁਛ ਬੋਲਣਾ ਜੋ ਨਕਵੀ ਨੇ ਕੱਲ੍ਹ ਉਸ ਵਫਦ ਨੂੰ ਬੋਲਿਆ। ਤੁਸੀਂ ਆਨਰ ਹੋ ਸਰ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਸ਼ੇਰਗਲ ਜੀ। ਹਾਂਜੀ ਬਾਈ ਜੀ, ਅੱਜ ਆਵਾਜ਼ ਤੋਂ ਲੱਗਦਾ ਜਿਵੇਂ ਤੁਹਾਨੂੰ ਫਲੂ ਹੋਇਆ ਹੁੰਦਾ। ਹਾਂ, ਥੋੜਾ ਕੋਲਡ ਹੈ ਜੀ, ਅੱਜ ਜ਼ੁਕਾਮ ਹੋ ਗਿਆ। ਹਾਂ ਲੱਗਦਾ, ਮੈਂ ਕਿਹਾ ਦੀ ਟੇਕ ਕੇਅਰ ਕਰੋ ਜੀ ਆਦੀ। ਹਾਂਜੀ ਬਾਈ ਜੀ, ਮੈਂ ਸਿੱਧੂ ਬਾਰੇ ਤਾਂ ਬੋਲੂਗਾ, ਇਹ ਵੀ ਜਿਹੜਾ ਇਮਰਾਨ ਖਾਨ ਦੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ, ਉਹਦੇ ਕਿੰਨੋ ਵੀ ਪਾਕਿਸਤਾਨ ਦੇ ਉਲਟ ਜਾਣ ਦੇ ਬਾਵਜੂਦ ਮੇਰੇ ਕੋਲ ਸਿੱਖਾਂ ਦੀ ਕਾਫੀ ਫਿਕਰ ਕਰ ਰਿਹਾ। ਰਾਈਟ, ਪਤਾ ਨੀ ਉਹਦੇ ਪਿੱਛੇ ਕਾਰਨ ਕੀ ਹੋਊਗਾ, ਜਿਵੇਂ ਹੁਣ ਮਨਮੋਹਨ ਸਿੰਘ ਨੂੰ ਸੱਦਾ ਦੇਣਾ, ਹੁਣ ਸਿੱਧੂ ਨੂੰ ਦਿੱਤਾ। ਤੇ ਪਰ ਮੈਂ ਇੱਕ ਗੱਲ ਕਹੂੰਗਾ ਵੀ ਇਹਨਾਂ ਦੇ ਮੂੰਹ ਤੇ ਜ਼ਰੂਰ ਚਪੇੜ ਹੋਊਗੀ ਜੇ ਸਿੱਧੂ ਸਾਹਿਬ ਨੀ ਜਾਂਦੇ ਆ ਉੱਥੇ, ਸੰਕਲ ਮਨਮੋਹਨ ਸਿੰਘ ਨੂੰ ਨੀ ਜਾਂਦੇ ਆ। ਤੇ ਹਾਲਾਂਕਿ ਹਿੰਦੁਸਤਾਨ ਦੀ ਸਰਕਾਰ, ਭਾਜਪਾ ਕੇਂਦਰ ਸਰਕਾਰ ਤਾਂ ਉਲਟੀ ਹੈ, ਇਹਦੀ ਬਜਾਏ ਪੰਜਾਬ ਦੀ ਸਰਕਾਰ ਵੀ ਉਹਦੇ ਆਪਦੇ ਸਾਥੀ ਵੀ ਮੇਰਾ ਖਿਆਲ ਚਿੜਦੇ ਆ ਉੱਥੇ, ਤੇ ਉਹਨਾਂ ਦੇ ਜ਼ਰੂਰ ਮੂੰਹ ਤੇ ਚਪੇੜ ਹੋਊਗੀ। ਸਿੱਧੂ ਸਾਹਿਬ ਦਾ ਹੋ ਸਕਦਾ ਇਹਨਾਂ ਦਾ ਜਿਹੜਾ ਹੋਇਆ ਹੈਗਾ ਉਹਦੇ ਪ੍ਰਤੀ ਐਟੀਚਿਊਡ ਆ ਹੋਰ ਬਦਲੇ ਕਿਸੇ ਤਰ੍ਹਾਂ। ਤੇ ਸਿੱਧੂ ਨਾ, ਤੇ ਮੇਰਾ ਖਿਆਲ ਆ ਵੀ ਸਿੱਧੂ ਨਿਖਰ ਕੇ ਆਉਣਗੇ, ਕਿਉਂ ਕੀ ਫੈਸਲਾ ਲੈਂਦੇ ਆ ਪੰਜਾਬ ਦੀ ਸਿਆਸਤ 'ਚ, ਇਹਨਾਂ ਦਾ ਜਾਣ ਕਰਕੇ ਕਾਫੀ ਵੱਡਾ ਅਸਰ ਪਊਗਾ ਜਿਹੜੇ ਉਹਦੇ ਲੋਕ ਚਾਹੁਣ ਵਾਲੇ ਆ। ਸਿੱਧੂ ਨੂੰ ਜ਼ਰੂਰ ਮੇਰਾ ਖਿਆਲ ਸਪੋਰਟ ਕਰਨਗੇ ਪੰਜਾਬ ਦੀ ਸਿਆਸਤ 'ਤੇ ਆਉਣ ਵਾਲੀਆਂ ਜਿਹੜੇ 22 ਵਾਲੀਆਂ ਤੱਕ ਆ, ਗਾਂਹ ਕੀ ਬਣਦਾ ਇਹਨਾਂ ਦਾ, ਕਿਹੋ ਜਿਹਾ ਲੈਂਦੇ ਆ ਧਰਮ ਆਉਂਦੇ ਜਾਂ ਤੀਸਰੀ, ਉਹ 'ਤੇ ਕਾਫੀ ਵੱਡਾ ਅਸਰ ਪਊਗਾ ਸਿੱਧੂ, ਕਿਉਂਕਿ ਉਹ ਸੈਲੀਬ੍ਰਿਟੀ ਆ ਵੀ ਅਤੇ ਇੱਕ ਚੰਕ ਦਾ ਚਿਹਰਾ ਵੀ ਆ। ਬਸ ਬਾਈ ਜੀ, ਮੈਂ ਤਾਂ ਇੰਨਾ ਹੀ ਕਹੂੰਗਾ, ਪਰ ਇੰਡੀਆ ਦੇ ਲੋਕ ਜ਼ਰੂਰ ਸਿੱਖਿਆਵਾਂ ਉਹਨਾਂ ਨੂੰ ਲੋਕਾਂ ਚ ਫਲਾਉਣ ਦਾ, ਇੰਨਾ ਇਹਨਾਂ ਦਾ ਮੇਰਾ ਕੋਈ ਬਾਹਲਾ ਇੰਟਰਸਟ ਨੀ। ਚਾਹੇ ਤੁਸੀਂ ਜੇ ਕਹਿ ਸਕਦੇ ਹੋ ਇਹਨਾਂ ਦਾ ਪੈਸੇ ਇਕੱਠੇ ਕਰਨ ਦਾ ਜ਼ਰੂਰ ਢੰਗ ਹੈ, ਜਿਵੇਂ ਇਹਨਾਂ ਨੇ ਨਗਰ ਕੀਰਤਨ ਤੋਰਿਆ ਜਾਂ ਹੋਰ ਕੁਛ ਹੋ ਰਿਹਾ, ਆਪਾਂ ਨੂੰ ਦੱਸਦਾ ਹੀ ਹੈ, ਸਵਾਏ ਜਿਹੜੇ ਪ੍ਰੋਡਕਟਿਵ ਕੰਮਾਂ ਦੀ ਬਜਾਏ ਇਹ ਇੱਕ ਮਾੜਾ ਰੁਝਾਨ ਹੈਗਾ ਮੇਰਾ ਖਿਆਲ ਹੈ। ਚਲੋ ਫਿਰ ਵੀ ਲੋਕਾਂ 'ਚ ਮੈਂ ਤਾਂ ਕਹੂੰਗਾ ਇਸ ਜਿਹੜਾ ਡੋਰੀ ਕੋਰੀਡੋਰ ਖੁੱਲਦਾ ਪੰਜਾਬ ਦੇ ਪਾਕਿਸਤਾਨ ਦੇ ਲੋਕਾਂ ਨਾਲ, ਆਪਸੇ ਸਹਿਯੋਗ ਹੁੰਦਾ, ਹੋ ਸਕਦਾ ਕੁਛ ਲੋਕਾਂ ਨੂੰ ਵੀ ਵਪਾਰ ਦਾ ਫਰਕ ਪਵੇ ਜੇ ਇਹ ਅੱਗੇ ਵਧਦਾ। ਬਾਈ ਜੀ, ਬਸ ਮੈਂ ਤਾਂ ਇੰਨਾ ਹੀ ਕਹੂੰ। ਥੈਂਕ ਯੂ। ਦੇਖੋ, ਵਪਾਰ ਤੇ ਸ਼੍ਰੀਗਲ ਸਾਹਿਬ ਤਾਂ ਹੀ ਵਧੇਗਾ ਜੇ ਸਰਕਾਰਾਂ ਸਹਿਮਤ ਹੋਣਗੀਆਂ। ਮੋਸਟ ਫੇਵਰੇਟ ਨੇਸ਼ਨ ਦੀ ਸੂਚੀ ਦੇ ਵਿੱਚੋਂ ਜਿਹੜਾ ਪਾਕਿਸਤਾਨ ਨੂੰ ਕੱਢ ਦਿੱਤਾ ਗਿਆ, ਪਾਕਿਸਤਾਨ ਤੋਂ ਆਉਂਦੀਆਂ ਚੀਜ਼ਾਂ 'ਤੇ ਬਹੁਤ ਜ਼ਿਆਦਾ ਡਿਊਟੀ ਲੱਗ ਰਹੀ ਹੈ। 5,000 ਦੀ ਜੁੱਤੀ ਆਉਂਦੀ ਸੀ ਜਿਹੜੀ ਪਾਕਿਸਤਾਨੀ ਕਸੂਰੀ, ਉਹ ਹੁਣ 10,000 ਦੀ ਵਿਕਣ ਲੱਗੀ ਹੈ। ਹਾਲਾਂਕਿ ਸਟੋਕ ਪਿਛਲਾ ਪਿਆ ਨਹੀਂ ਅਤੇ ਰੇਟ ਇਸ ਤੋਂ ਵੀ ਵਧਣਾ। ਹੋਰ ਪਾਕਿਸਤਾਨੀ ਚੀਜ਼ਾਂ ਦੇ ਰੇਟ ਵਧੇ ਨੇ। ਪਾਕਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ। ਬਹੁਤ ਸਾਰੀਆਂ ਚੀਜ਼ਾਂ ਜੋ ਭਾਰਤ 'ਚੋਂ ਆਉਂਦੀਆਂ ਸੀ ਉਹ ਅੱਤ ਮਹਿੰਗੀਆਂ ਹੋਈਆਂ ਨੇ, ਮੈਡੀਸਨ ਉਹਨਾਂ ਨੂੰ ਮਜਬੂਰਨ ਚੁੱਕਣੀ ਪਈ ਹੈ। ਪਰ ਵਪਾਰ ਤਾਂ ਹੀ ਵਧੇਗਾ ਜੇ ਦੋਨਾਂ ਮੁਲਕਾਂ ਦੀ ਨੀਤ ਦਰੁਸਤ ਹੋਵੇਗੀ। ਕਰਤਾਰਪੁਰ ਜਾਂ ਇਸ ਲਾਂਘੇ ਨੂੰ ਵਪਾਰ ਦੇ ਤੌਰ 'ਤੇ ਜਿਹੜੀ ਲੌਬੀ ਹੈ ਨਾ, ਗੁਜਰਾਤ ਵਾਲੀ, ਬੰਬੇ, ਕਾਂਡਲਾ ਵਾਲੀ, ਉਹ ਨਹੀਂ ਖੁੱਲ੍ਹਣ ਦੇ ਰਹੀ। ਇੱਥੋਂ ਸਮਾਨ ਹੈ ਜਿਹੜਾ ਵਾਇਆ ਦੁਬਈ ਜਾ ਰਿਹਾ ਪਾਕਿਸਤਾਨ ਨੂੰ, ਹਾਲਾਂਕਿ 1 ਗੈਲਨ ਤੇਲ ਦਾ ਲੱਗਦਾ ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਸਤੇ, ਉਹ ਸਿੱਧਾ ਕੋਰੀਡੋਰ ਨਹੀਂ ਖੋਲ੍ਹ ਰਹੇ, ਸਿੱਧਾ ਵਪਾਰ ਨਹੀਂ ਖੋਲ੍ਹ ਰਿਹਾ। ਹਾਲਾਂਕਿ ਜਿਹੜੀ ਇੰਟੈਗਰੇਟਡ ਚੈੱਕ ਪੋਸਟ ਵੀ ਬਣੀ, ਸਾਰਾ ਕੁਛ ਬਣਿਆ, ਪਰ ਇਸ ਲਾਂਘੇ ਤੋਂ ਜਿਸ ਤਰ੍ਹਾਂ ਹੈਰੋਇਨ ਆ ਰਹੀ ਹੈ, ਸ਼ਰਾਰਤੀ ਅਨਸਰ ਉੱਧਰ ਵੀ ਨੇ ਜਿਹੜੇ ਇਸ ਮੁਕੱਦਸ ਮੌਕੇ ਵੀ ਆਪਣਾ ਕਾਲਾ ਵਪਾਰ ਆ ਹੈਰੋਇਨ ਦਾ ਨਹੀਂ ਰੋਕ ਰਹੇ। ਇਸ ਕਰਕੇ ਲੋਕਾਂ ਨੂੰ ਗੱਲ ਕਹਿਣ ਦਾ ਮੌਕਾ ਮਿਲਦਾ ਕਿ ਇੰਨੀ ਹੈਰੋਇਨ ਡਿੱਗ ਰਹੀ ਹੈ, ਘੁਸਪੈਠੀਏ ਆ ਜਾ ਰਹੇ ਨੇ ਬਿਨਾਂ ਵਜ੍ਹਾ। ਜਿਹੜਾ ਔਰੇਂਜ ਅਲਰਟ ਹੈ, ਜਿਹੜੇ ਨਾਗਪੁਰੀ ਸੰਤਰੇ ਵਾਲੇ ਨੇ, ਉਹ ਸੰਤਰੀ ਜਿਹੜਾ ਅਲਰਟ ਹੈ, ਨਵਾਂ ਹੀ ਵਰਡ ਸੁਣਿਆ, ਰੈੱਡ ਅਲਰਟ ਅੱਗੇ ਹੁੰਦਾ ਸੀ, ਅੱਜ ਕੱਲ੍ਹ ਉਸ ਤੋਂ ਪਹਿਲਾਂ ਇੱਕ ਸਟੇਜ ਹੈ ਜਿਹਨੂੰ ਔਰੇਂਜ ਅਲਰਟ ਕਿਹਾ ਜਾਂਦਾ, ਉਹ ਹਮੇਸ਼ਾ ਜਾਰੀ ਹੋਇਆ।
ਰੋਜ਼ ਇਹ ਦਿਨ ਘੜੀਆਂ ਘੜਾਈਆਂ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ, ਕਦੇ ਕਦੇ ਜ਼ਾਕਰ ਮੂਸਾ ਆ ਗਿਆ, ਕਦੇ ਕਹਿੰਦੇ ਕੁਛ ਆ ਗਿਆ, ਕਦੇ ਕਹਿੰਦੇ ਕੁਛ ਆ ਗਿਆ, ਅਸੀਂ ਤਾਂ ਮੂਸੇ ਮਾਸਿਆਂ ਵਾਲਿਆਂ ਨੇ ਹੀ ਮਾਰ ਲਏ। ਸੋ ਇਹ ਸਾਰੇ ਸਿਲਸਿਲੇ ਵਿੱਚ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ ਵੀ ਕਿਤੇ ਨਾ ਕਿਤੇ ਸਿੱਖਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ, ਜਿਸ ਤਰ੍ਹਾਂ ਇਸ ਖਿੱਤੇ ਦੇ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖ ਤਿੰਨ ਧਿਰੀ ਮਜ਼੍ਹਬੀ ਸਿਆਸਤ ਹੈ, ਅਤੇ ਸਿੱਖਾਂ ਦਾ ਕਿਤੇ ਨਾ ਕਿਤੇ ਰੁਝਾਨ ਹਿੰਦੂਸਤਾਨ ਨਾਲੋਂ ਜਾਂ ਹਿੰਦੂ ਧਰਮ ਨਾਲੋਂ ਟੁੱਟ ਕੇ ਜ਼ਿਆਦਾ ਉਹਨਾਂ ਨੂੰ ਪਿਆਰੇ ਹੁਣ ਮੁਸਲਮਾਨ ਵੀ ਲੱਗਣ ਲੱਗੇ ਨੇ, ਜਿਹੜੀ ਕਿ ਪਾਕਿਸਤਾਨ ਦੀ ਸੋਚੀ ਸਮਝੀ ਚਾਲ ਹੈ, ਉਸ ਟ੍ਰੈਪ ਦੇ ਵਿੱਚ ਫਸ ਵੀ ਰਹੇ ਨੇ, ਜਿਸ ਤਰ੍ਹਾਂ ਪੰਜਾਬੀ ਭਾਸ਼ਾ ਲਿਖ ਕੇ ਉਹਨਾਂ ਨੂੰ ਆਕਰਸ਼ਿਤ ਕੀਤਾ, ਹੋਰ ਬੜਾ ਕੁਛ ਕੀਤਾ। ਪਰ ਇਸ ਦੌਰਾਨ ਪਾਕਿਸਤਾਨ ਦੀ ਤਰਫੋਂ ਜਿਹੜੀਆਂ ਨਪਾਕ ਹਰਕਤਾਂ ਹੋ ਰਹੀਆਂ ਨੇ, ਹੈਰੋਇਨ ਦਾ ਇਸ ਤਰ੍ਹਾਂ ਧੜਾ ਧੜਾ ਆਉਣਾ, 6-6 ਕੁਇੰਟਲ ਹੈਰੋਇਨ ਲੂਣ ਦੇ ਰੂਪ ਦੇ ਵਿੱਚ ਭੇਜਣੀ, ਕੀ ਇਹ ਪਾਕਿਸਤਾਨ ਸਰਕਾਰ ਨੂੰ ਪਤਾ ਨਹੀਂ ਕਿ ਉੱਧਰੋਂ ਇੰਨਾ ਨਸ਼ਾ ਉੱਧਰ ਵੀ ਇੰਨਾ ਘਾਤਕ ਹੈ ਕਿ ਉਹ ਕਿਵੇਂ ਇੱਦਾਂ ਆ ਰਿਹਾ? ਇਹ ਸਭ ਤਸਕਰਾਂ ਦੀ ਮਿਲੀ ਭੁਗਤ ਹੈ। ਕਦੇ ਪਾਕਿਸਤਾਨੀ ਪੁਲਿਸ ਵੱਲੋਂ, ਪਾਕਿਸਤਾਨੀ ਫੌਜ ਵੱਲੋਂ ਕੋਈ ਤਸਕਰ ਫੜਿਆ ਗਿਆ? ਨਹੀਂ। ਉੱਧਰ ਖੁੱਲ੍ਹ ਖੇਡਾਂ ਨੇ ਕਿ ਜਾਓ ਜ਼ਹਿਰ ਸੁੱਟਿਆ, ਉੱਧਰ ਰਲੀ ਮਿਲੀ ਗੇਮ ਹੈ। ਪਾਕਿਸਤਾਨ ਦੇ ਵੀ ਜਿਹੜੇ ਦੰਦ ਨੇ ਉਹ ਖਾਣ ਦੇ ਹੋਰ, ਦਿਖਾਉਣ ਦੇ ਹੋਰ ਹੈ। ਤੁਸੀਂ ਆਉਂਦੇ ਰਹੋ ਸਰ ਜੀ। ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ ਜੀ, ਸਾਹਿਬ ਸਾਹਿਬ ਸਵਾਗਤ। ਹਾਂਜੀ ਹਰਦੀਪ ਸਿੰਘ ਜੀ। ਹਾਂਜੀ ਹਾਂਜੀ, ਆਵਾਜ਼ ਤੁਹਾਡੀ ਇਕਦਮ ਘੱਟ ਗਈ ਸੀ ਤੇ ਮੈਂ ਸੋਚਿਆ ਸ਼ਾਇਦ ਕੋਈ ਹੋਰ ਕਾਲ ਲੈ ਰਹੇ ਹੋ ਤੁਸੀਂ। ਸਵਾਗਤ ਤੁਹਾਡਾ, ਸਵਾਗਤ ਹੈ। ਵੇਖੋ ਜੀ, ਇਹ ਜਿਹੜਾ 26 ਬੰਦਿਆਂ ਦਾ ਗਰੁੱਪ ਗਿਆ ਸੀ ਨਾ ਯੂਰਪ ਚੋਂ, ਇਹ ਤੇ ਗਿਣੀ ਮਿਥੀ ਇਹਨਾਂ ਦੀ ਮਤਲਬ ਸਾਜਿਸ਼ ਦੇ ਤਹਿਤ ਪ੍ਰੀ ਪਲੈਨਡ ਸੀ। ਜਦੋਂ ਅਮਰੀਕਾ ਦਾ ਇੱਕ ਕਾਂਗਰਸਮੈਨ ਉੱਥੇ MP ਸੀ ਸ਼ਾਇਦ ਜਾਂ ਕਾਂਗਰਸਮੈਨ ਸੀ, ਉਹ ਗਿਆ ਸੀ ਤੇ ਉਹਨੂੰ ਇਹਨਾਂ ਨੇ ਉੱਥੇ ਵੜਨ ਹੀ ਨਹੀਂ ਦਿੱਤਾ। ਬਿਲਕੁਲ। ਇਹ 26 ਬੰਦੇ ਉੱਥੇ ਕਿਵੇਂ ਗਏ? ਔਰ ਇਹ ਤੇ ਬਿਲਕੁਲ ਕਲੀਅਰ ਵੀ ਹੋ ਗਿਆ, ਸੋਸ਼ਲ ਮੀਡੀਆ ਤੇ ਖਬਰ ਹੈ, ਕੋਈ ਮਾਦੀ ਸ਼ਰਮਾ ਨਾਂ ਦੀ ਲੇਡੀ ਆ, ਉਹਨੇ ਸਾਰਾ ਆਰਗੇਨਾਈਜ਼ ਕਰਾਇਆ ਸੀ ਪ੍ਰੋਗਰਾਮ। NGO ਹੈ ਜੀ, ਉਹ ਸਾਰਾ ਪੇਡ ਸਿਸਟਮ ਹੈ। ਉਹ ਬੰਦੇ ਉਸ ਤਰ੍ਹਾਂ ਹੀ ਉਹ ਆਉਣੇ ਸੀ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਬਿਆਨ ਦੇਣੇ ਸੀ, ਪਰ ਅਸਲੀਅਤ ਤੋਂ ਜਿਹੜੀ ਗੱਲ ਹੈ ਨਾ ਉਹ ਕੋਹਾਂ ਦੂਰ ਆ। ਤੇ ਜਿਹੜੇ ਤੁਸੀਂ ਗੱਲ ਕਹੀ ਨਾ ਉਹ ਮੁਖਤਾਰ ਅਬਾਸ ਨਕਵੀ, ਇਹ ਦੋ ਬੰਦੇ ਮਤਲਬ ਇੱਕ ਇਹ ਤੇ ਇੱਕ ਸ਼ਾਹਨਵਾਜ਼ ਹੁਸੈਨ, ਇਹ ਬੜੇ ਮਤਲਬ ਜਿਹੜੇ ਭਾਜਪਾ ਦੇ ਜਾਂ BJP ਦੇ ਉੱਚ ਘਰਾਣਿਆਂ ਦੇ ਵਿੱਚ ਵਿਆਹੇ ਹੋਏ ਆ ਜੀ, ਤੇ ਇਹਨਾਂ ਨੂੰ ਤੇ ਉਹ ਕੀਮਤ ਮਿਲੀ ਹੈ। ਤੇ ਮਤਲਬ ਕਿਸੇ ਨੇ ਨਾ ਇੱਕ ਸ਼ੇਅਰ ਸੀ ਕਿਸੇ ਨੇ ਕਿਹਾ ਵੀ ਇਹ ਉਦਾਂ ਦੀ ਬੋਲੀ ਬੋਲਦੀ ਵੀ ਕਾਤਲ ਨੇ ਯੇ ਦਲੀਲ ਕਾਤਲ ਕੀ ਯੇ ਦਲੀਲ ਮੁਨਸਿਫ ਨੇ ਮਾਨ ਲਈ, ਮਕਤੂਲ ਖੁਦ ਗਿਰਾ ਥਾ ਖੰਜਰ ਕੀ ਨੋਕ ਪਰ। ਬਿਲਕੁਲ ਹੈ ਨਾ, ਇਹਨਾਂ ਦਾ ਵਸ ਚੱਲੇ ਤੇ ਇਹ ਤੇ ਕਹਿ ਦੇਣ ਵੀ ਇਹਦੇ ਇਹਦੇ ਵਿੱਚ ਜੋ ਕੁਛ ਹੋਇਆ ਵਾ ਉਹ ਇਹਨਾਂ ਨੇ ਕਸ਼ਮੀਰੀਆਂ ਨੇ ਆਪ ਹੀ ਆਪਣੇ ਤੇ ਪਾਬੰਦੀਆਂ ਲਾਈਆਂ। ਇਹ ਤੇ ਜੇ ਤੁਸੀਂ ਮੁਖਤਾਰ ਅਬਾਸ ਨਕਵੀ ਤੇ ਸ਼ਾਹਨਵਾਜ਼ ਹੁਸੈਨ ਦੀ ਕਹੋ ਤੇ ਉਹ ਤੇ ਅੱਲਾ ਹੀ ਖੈਰ ਆ ਉੱਥੇ, ਉਹ ਨਹੀਂ ਤੁਸੀਂ ਇਹਨਾਂ ਦੇ ਕਰ ਸਕਦੇ। ਹੁਣ ਰਹੀ ਗੱਲ ਜਿਹੜੀ ਸਿੱਖਾਂ ਦੇ ਉੱਤੇ ਵੀ ਇਹ ਮੁਸਲਮਾਨਾਂ ਨਾਲ ਜਾਂ ਪਾਕਿਸਤਾਨ ਨਾਲ ਰਲਦੇ ਆ, ਹੁਣ ਸਿੱਖ ਇਸ ਵੇਲੇ ਨਾ ਜੀ ਮਤਲਬ ਉਸ ਕੜਿੱਕੀ ਦੇ ਵਿੱਚ ਫਸਿਆ ਕਿ ਨਾ ਇਹ ਉੱਧਰ ਦਾ ਤੇ ਨਾ ਇਹ ਇੱਧਰ ਦਾ, ਕਿਉਂਕਿ ਸਿੱਖ ਨੂੰ ਵਿੱਚੋਂ ਹੀ ਮਤਲਬ ਇਹ ਮਾਰ ਜਿਹੜੀ ਆ ਉਹ ਪੈ ਰਹੀ ਆ, ਕੁਝ ਆਪਣੇ ਮਾਰ ਰਹੇ ਆ, ਕੁਝ ਆਪਣਾ ਦੇਸ਼ ਮਾਰ ਰਿਹਾ ਤੇ ਪਾਕਿਸਤਾਨ ਨਾਲ, ਕਿਉਂਕਿ ਸਿੱਖ ਇਤਿਹਾਸ ਜੇ ਪਿਛਾਂ ਨੂੰ ਚਲੇ ਜਾਓ ਗੁਰੂ ਗੋਬਿੰਦ ਸਿੰਘ ਵੇਲੇ ਜਾਂ ਉਦੋਂ ਬਾਅਦ ਵੀ 100-150 ਸਾਲ ਅਹਿਮਦ ਸ਼ਾਹ ਅਬਦਾਲੀ ਜਾਂ ਜ਼ਕਰੀਆ ਖਾਨ ਜਾਂ ਕਿਹੜਾ ਸੀ ਤੁਹਾਡਾ ਮੱਸਾ ਰੰਗੜ ਜਾਂ ਉਹ ਸਿੱਖਾਂ ਨਾਲ ਤੇ ਕਿਤੇ ਉਹਨਾਂ ਦੀ ਮੀਜ਼ਾ ਰਲਣੀ ਹੀ ਨਹੀਂ। 47 ਦੇ ਵਿੱਚ ਕੀ ਹੋਇਆ ਇਹ ਵੀ ਨਹੀਂ ਆ, ਇਹ ਤੇ ਫਾਰ ਦਾ ਟਾਈਮ ਬੀਇੰਗ ਚਾਹੇ ਉਹ ਕੋਸ਼ਿਸ਼ ਕਰਦੇ ਆ ਚਾਹੇ ਨਹੀਂ ਕਰਦੇ, ਸਿੱਖਾਂ ਨੂੰ ਉੱਧਰ ਰਲ ਕੇ ਵੀ ਕੱਖ ਨਹੀਂ ਲੱਭਣਾ, ਔਰ ਮੇਰੇ ਹਿਸਾਬ ਨਾਲ ਇਹ ਰਲਦੇ ਵੀ ਨਹੀਂ। ਇਹ ਡਰਾਮਾ ਮਤਲਬ ਸੈਂਟਰਲੋਂ ਹੋ ਰਿਹਾ। 2007 ਦੇ ਵਿੱਚ ਆਪਣੀ ਵਾਜਪੇਈ ਸਾਹਿਬ ਦੀ ਸਰਕਾਰ ਸੀ ਤੇ ਤੁਹਾਨੂੰ ਪਤਾ ਉਹ 36 ਸਿੰਘਪੁਰਾ ਦੇ ਵਿੱਚ 35 ਬੰਦੇ ਸਿੱਖ ਕੱਢ ਕੇ ਤੇ ਘਰਾਂ ਚੋਂ ਬਾਹਰ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਸੀ। ਹੈਲੋ ਜੀ 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 ਜੀ, ਉਹ ਵੀ ਇਸੇ ਸਾਜਿਸ਼ ਦਾ ਹਿੱਸਾ ਸੀ ਵੀ JNK ਦੇ ਵਿੱਚ ਇਹ ਰਲ ਨਾ ਜਾਣ। ਇਹ ਮਤਲਬ ਜੇ ਹੁਣ ਇਹ ਜਿਹੜੀ ਆ ਦੀ ਲਾਂਘੇ ਵਾਲਾ ਕੰਮ ਹੈ, ਇਹ ਲਾਂਘੇ ਵਾਲਾ ਕੰਮ ਸਹੀ ਅਮਨ ਅਮਾਨ ਨਾਲ ਚੱਲ ਗਿਆ, ਜੇ ਇਹਨਾਂ ਨੇ ਵੇਖਿਆ ਵੀ ਇਹ ਸਿੱਖ ਉੱਧਰ ਰਲਦੇ ਪਏ ਤੇ ਪੰਜਾਬ ਦੇ ਵਿੱਚ ਵੀ ਉਹ ਕਸ਼ਮੀਰ ਵਾਲਾ ਐਕਸ਼ਨ ਹੋਏਗਾ, ਤੁਸੀਂ ਵੇਖ ਲਿਓ, ਯਾਦ ਰੱਖਿਓ ਮੇਰੀ ਗੱਲ। ਸੋ ਗੱਲ ਇਹ ਵੀ ਸੁਹਿਰਦਤਾ ਦੀ ਲੋੜ ਆ, ਇਹ ਨਾ ਤਾਂ
ਇਹ ਜਿਹੜੀ ਭਾਜਪਾ ਵਾ ਆਰ ਐਸ ਐਸ ਹੈ ਨਾ ਤੇ ਸਿੱਖਾਂ ਤੇ ਇਤਬਾਰ ਕਰਦੀ ਪਈ ਤੇ ਨਾ ਸਿੱਖ ਇਹਨਾਂ ਤੇ ਕਰਦੇ ਪਏ। ਜਿੰਨੇ ਕੁ ਸਿੱਖ ਕਰਦੇ ਆ ਉਹ ਅਕਾਲੀ ਦਲ ਦੇ ਜਿਹੜੇ ਹੈਗੇ ਆ ਨਾ ਬੰਦੇ ਉਹ ਇਹਨਾਂ ਤੇ ਇਤਬਾਰ ਕਰਦੇ ਪਏ ਆ। ਇਹ ਇਹਨਾਂ ਦੀ ਕੁਛ ਨੀ ਇਹਦੇ ਚ ਅਲਟੀਮੇਟਲੀ ਤੁਸੀਂ ਵੇਖ ਲਿਓ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਪੱਥਰ ਨੂੰ ਸ਼ੀਸ਼ੇ ਤੇ ਸੁੱਟੋ ਜਾਂ ਸ਼ੀਸ਼ੇ ਨੂੰ ਪੱਥਰ ਤੇ ਸਿੱਟੋ, ਟੁੱਟਣਾ ਸ਼ੀਸ਼ੇ ਨਹੀਂ ਆ। ਉਹ ਹਿਸਾਬ ਆ ਵੀ ਨੁਕਸਾਨ ਸਿੱਖਾਂ ਦਾ ਹੀ ਹੋਣਾ, ਇਹ ਤੁਸੀਂ ਲਿਖ ਲਓ ਕਾਗਜ਼ ਦੇ ਉੱਤੇ ਤੇ ਦੋਵਾਂ ਪਾਸਿਆਂ ਨੂੰ ਕੋਈ ਸੋਚ ਸਮਝ ਕੇ ਤੇ ਇਨਸਾਨੀਅਤ ਤੋਂ ਕੰਮ ਲੈਣਾ ਚਾਹੀਦਾ, ਮੈਂ ਤੇ ਇੰਨੀ ਗੱਲ ਕਵਾਂਗਾ। ਥੈਂਕ ਯੂ ਜੀ। ਵੈਸੇ ਆਰ ਐਸ ਐਸ ਦਾ ਕੱਲ੍ਹ ਦਾ ਬਿਆਨ ਵੀ ਆ ਗਿਆ ਕਿ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਅਯੁੱਧਿਆ ਦੇ ਬਾਰੇ ਆਵੇ ਉਹ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕਿਤੇ ਨਾ ਕਿਤੇ ਪੂਰੀ ਆਸ ਦੇ ਵਿੱਚ ਹੈ ਆਰ ਐਸ ਐਸ ਕਿ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਉਣਾ। ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਇਹ ਫੈਸਲਾ ਸੁਣਾਉਣਗੇ ਅਤੇ ਦੋ ਅਹਿਮ ਫੈਸਲੇ ਨੇ ਉਹ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਉਹਨਾਂ ਨੇ ਸੁਣਾ ਕੇ ਜਾਣੇ ਨੇ। ਉਸ ਤੋਂ ਬਾਅਦ ਫਿਰ ਮਿਸਟਰ ਬੋਬੜੇ ਨੇ ਆ ਜਾਣਾ, ਸੁਪਰੀਮ ਕੋਰਟ ਦੇ ਮੁੱਖ ਜਸਟਿਸ, ਜਿਹੜੇ ਕਹਿੰਦੇ ਪਟਾਕਿਆਂ 'ਤੇ ਪਾਬੰਦੀ ਨਹੀਂ ਲਾਉਣੀ ਚਾਹੀਦੀ, ਪ੍ਰਦੂਸ਼ਣ ਤਾਂ ਕਾਰਾਂ ਵੀ ਫੈਲਾਉਂਦੀਆਂ ਨੇ। ਹਾਲਾਂਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਜ਼ਹਿਰੀਲੇ ਇੰਨਾ ਹੋ ਗਿਆ ਕਿ ਜਿਹੜਾ ਏਅਰ ਕੁਆਲਿਟੀ ਇੰਡੈਕਸ ਉਹ 543 'ਤੇ ਤੁਰਿਆ ਫਿਰਦਾ ਹੈ। ਉਸ ਪ੍ਰਦੂਸ਼ਣ ਨੂੰ ਲੈ ਕੇ ਕੇਜਰੀਵਾਲ ਅਤੇ ਕੈਪਟਨ ਆਪਸ ਦੇ ਵਿੱਚ ਖੈਬੜ ਰਹੇ ਨੇ। ਕੇਜਰੀਵਾਲ ਵੀ ਸਿਆਸਤ ਕਰ ਰਿਹਾ, ਹੁਣ ਮਾਸਕ ਵੰਡ ਰਹੇ ਨੇ, ਪਰ ਦਿੱਲੀ ਦਾ ਜਿਹੜਾ ਆਪਣਾ ਕੂੜਾ ਉਹਨਾਂ ਤੋਂ ਵੀ ਨਹੀਂ ਸਾਂਭਿਆ ਜਾ ਰਿਹਾ। ਪੰਜਾਬ ਦੇ ਪਰਾਲੀ ਨੂੰ, ਧੂੰਏ ਨੂੰ ਉਹ ਜ਼ਿੰਮੇਵਾਰ ਸਮਝ ਰਹੇ ਨੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਵਾਸਤੇ। ਇਸ ਦੌਰਾਨ ਜਸਟਿਸ ਰੰਜਨ ਗੋਗੋਈ ਦੀ ਰਿਟਾਇਰਮੈਂਟ ਤੋਂ ਪਹਿਲਾਂ ਇਹ ਫੈਸਲੇ ਆਉਣੇ ਨੇ ਜਿਹੜੇ ਅਹਿਮ ਫੈਸਲੇ ਭਾਰਤ ਦੇ ਇਤਿਹਾਸ ਦੇ ਵਿੱਚ ਹੋਣਗੇ। ਪਰ ਇਹ ਸਾਰੇ ਸੰਸਦੇ ਵਿੱਚ ਸਿੱਖਾਂ ਦੀ ਜਿਹੜੀ ਸਥਿਤੀ ਹੈ ਜਾਂ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਉਸ ਚੁਰਾਹੇ 'ਤੇ ਖੜ੍ਹੀ ਹੈ ਜਿਹੜੀ ਆਉਣ ਵਾਲੇ ਸਮੇਂ 'ਚ ਵਿਗੜ ਵੀ ਸਕਦੀ ਹੈ। ਕੁਛ ਜਿਹੜੇ ਲੋਕ ਨੇ ਜੋ ਪੰਜਾਬ ਦੇ ਵਿੱਚ ਆਜ਼ਾਦ ਮੁਲਕ ਦੀ ਗੱਲ ਕਰਦੇ ਨੇ ਉਹਨਾਂ ਦੀਆਂ ਵੀ ਬਾਛਾਂ ਖਿੜੀਆਂ ਨੇ, ਉਹ ਵੀ ਖੁਸ਼ ਨੇ ਕਿ ਯਾਰ ਹੋਵੇ ਸਿੱਖਾਂ 'ਤੇ ਕੁਛ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਸਿੱਖ ਆਕਰਸ਼ਿਤ ਹੋਣਗੇ। ਪਰ ਇਹਦੇ ਨਾਲ ਨੁਕਸਾਨ ਪੰਜਾਬ ਦਾ, ਸਿੱਖਇਜ਼ਮ ਦਾ ਵੱਡੇ ਪੱਧਰ 'ਤੇ ਹੋਣਾ। ਹਰਵਿੰਦਰ ਸਿੰਘ ਬਰਾੜ ਲਿਖਦੇ ਨੇ ਕਿ ਮੈਨੂੰ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਇਸ ਸੱਦੇ 'ਤੇ ਪਾਕਿਸਤਾਨ ਜਾਂਦੇ ਨੇ ਤਾਂ ਉਹ ਸਿਆਸੀ ਤੌਰ 'ਤੇ ਖੁਦਕੁਸ਼ੀ ਕਰਨ ਵਾਲਾ ਕਦਮ ਹੋਵੇਗਾ। ਕਾਂਗਰਸ ਪਾਰਟੀ ਵਿੱਚੋਂ ਤਾਂ ਫਿਰ ਸਮਝ ਲੈਣਾ ਕਿ ਇਹਦੇ ਨਾਲ ਦਾ ਦਾਣਾ ਪਾਣੀ ਖਤਮ। ਹਾਂ ਬਿਲਕੁਲ ਬਰਾੜ ਸਾਹਿਬ, ਤੁਹਾਡੀ ਗੱਲ ਠੀਕ ਹੈ ਕਿ ਸੋਸ਼ਲ ਸਾਈਟਸ 'ਤੇ ਜਾਂ ਲੋਕਾਂ ਦਾ ਰੁਝਾਨ ਸਿੱਧੂ ਪ੍ਰਤੀ ਹੈਗਾ, ਪਰ ਵੋਟਾਂ ਦੇ ਵਕਤ ਜਾਂ ਜਿਸ ਤਰ੍ਹਾਂ ਨੈਸ਼ਨਲ ਚੈਨਲ 'ਤੇ ਉਸ ਦੇ ਕਪਲ ਦੇ ਪ੍ਰੋਗਰਾਮ ਦੇ ਵਿੱਚ ਉਸਨੂੰ ਲਾਂਭੇ ਹੋਣਾ ਪਿਆ, ਕਿਤੇ ਨਾ ਕਿਤੇ ਉਸ ਦੇ ਖਿਲਾਫ਼ ਜਿਹੜੀ ਲੌਬੀ ਕੰਮ ਕਰ ਰਹੀ ਹੈ ਉਹ ਇਹੀ ਸ਼ੋਅ ਕਰ ਰਹੀ ਹੈ। ਦੇਖੋ ਉਹਨੇ ਭਾਰਤ ਵਾਸਤੇ ਖੇਡਿਆ, ਇਮਾਨਦਾਰ ਹੈ, ਕੋਈ ਉੱਤੇ ਕਰਪਸ਼ਨ ਸੱਟੇਬਾਜ਼ੀ ਦਾ ਕੋਈ ਦੋਸ਼ ਨਹੀਂ ਹੈ। ਇੱਕ ਨਿੱਜੀ ਲੜਾਈ ਸੀ ਜਿਹਦੇ 'ਚ ਗੁਰਨਾਮ ਸਿੰਘ ਘਲੋੜੀ ਦੀ ਮੌਤ ਹੋਈ ਸੀ, ਅਦਰਵਾਈਜ਼ ਉਸ ਵਿਅਕਤੀ 'ਤੇ ਸੈਲੀਬ੍ਰਿਟੀ ਰਹਿੰਦਿਆਂ ਵੀ ਕੋਈ ਇਸ ਤਰ੍ਹਾਂ ਦਾ ਫੂਡ ਕਰਨ ਦਾ ਦੋਸ਼ ਨਹੀਂ ਹੈ। ਪਰ ਫਿਰ ਵੀ ਇੱਕ ਪਾਕਿਸਤਾਨ ਜਾਣ ਦੀ ਬਿਨਾਹ 'ਤੇ, ਇਮਰਾਨ ਖਾਨ ਕੋਲ ਜਾਣ ਦੀ ਬਿਨਾਹ 'ਤੇ ਉਸ ਨੂੰ ਇੰਨਾ ਭੰਡਿਆ ਜਾ ਰਿਹਾ। ਉਸ ਦੇ ਮੁਕਾਬਲਤਨ ਵਾਜਪਾਈ ਵੀ ਬੱਸ ਲੈ ਕੇ ਗਿਆ ਉੱਧਰੋਂ ਕਾਰਗਿਲ ਹੋਈ, ਮੋਦੀ ਸਾਹਿਬ ਬਿਨਾਂ ਪ੍ਰੋਟੋਕੋਲ ਤੋਂ ਜਹਾਜ਼ ਉਤਾਰ ਕੇ ਬਹਿ ਗਏ ਉੱਥੇ, ਉਹ 'ਤੇ ਕੋਈ ਗੱਲ, ਉਹ 'ਤੇ ਕੋਈ ਕਿੰਤੂ ਪਰੰਤੂ ਨਹੀਂ। PDP ਜਿਹੜੀ ਕਿ ਪਾਕਿਸਤਾਨ ਦੀ ਹੀ ਦੂਜੀ ਪਾਰਟੀ ਦਾ ਰੂਪ ਹੈ, ਉਹਨਾਂ ਦੇ ਨਾਲ RSS ਦੀ BJP ਦੀ 3 ਸਾਲ 2.5 ਸਾਲ ਭਾਈਵਾਲੀ ਵਾਲੀ ਸਰਕਾਰ ਕਸ਼ਮੀਰ 'ਚ ਚੱਲੀ, ਉਹਦੇ ਬਾਰੇ ਕੋਈ ਉਜ਼ਰ ਨਹੀਂ ਹੈ ਕਿ ਇਹਨਾਂ ਨੇ ਕੀ ਕੀਤਾ। ਸਿਰਫ ਸਿੱਧੂ ਦਾ ਪਾਕਿਸਤਾਨ ਜਾ ਕੇ ਇੱਕ ਮਿਲ ਲੈਣਾ ਕਮਰ ਜਵੇਦ ਬਾਜਵਾ ਨੂੰ, ਇਹ ਚੁੱਭ ਰਿਹਾ ਜਿਹੜਾ ਕਿ ਸਿੱਧੂ ਦੇ ਸਿਆਸੀ ਕਰੀਅਰ ਨੂੰ ਖਤਮ ਵੀ ਕਰ ਰਿਹਾ। ਤੁਸੀਂ ਆਉਣਾ ਰਹੋ ਜੀ। ਹੈਲੋ, ਸਵਾਗਤ। ਹਾਂਜੀ, ਗੰਗਾਨਗਰ ਤੋਂ ਜਸੀਰ ਬੋਲਦਾ ਜੀ। ਜੀ ਸਵਾਗਤ ਬਾਈ ਜੀ। ਹਾਂਜੀ ਬਾਈ ਜੀ, ਕੀ ਅਯੋਧਿਆ ਮਾਮਲੇ ਤੇ? ਹਾਂਜੀ, ਅਯੋਧਿਆ ਮਾਮਲੇ ਤੇ ਕਰ ਰਹੇ? ਨਹੀਂ ਨਹੀਂ, ਇਹ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨੂੰ ਸੱਦਾ ਆਇਆ ਕਿ ਉਹ ਜੇ ਪਾਕਿਸਤਾਨ ਚਲੇ ਜਾਂਦੇ ਨੇ ਕਿ ਸਿੱਧੂ ਦਾ ਸਿਆਸੀ ਗ੍ਰਾਫ ਡਿੱਗੇਗਾ ਜਾਂ ਵਧੇਗਾ, ਇਹਨੂੰ ਨੁਕਸਾਨ? ਜੀ ਨਹੀਂ, ਟਿੱਕੇਗਾ ਕਿਉਂ ਜੀ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਇਮਾਨਦਾਰ ਸਿਆਸਤਦਾਨ ਹੈ ਸਿੱਧੂ ਜੀ। ਇਹ ਦੋਨਾਂ ਦੇਸ਼ਾਂ ਦੀ ਮਤਲਬ ਕੋਈ ਮੁਲਾਕਾਤ ਨਾਲ ਜਾਂ ਕਰਤਾਰਪੁਰ ਲਾਂਘੇ ਖੁੱਲਣ ਨਾਲ ਆਪਣੇ ਸੰਬੰਧ ਅੱਛੇ ਹੁੰਦੇ ਨੇ ਤੇ ਪੜੋਸ ਨਾਲ ਸੰਬੰਧ ਸੁਧਰੇ, ਕਦੇ ਮਾੜੇ ਹੋਏ ਆ ਟਵੈਣਾ ਜੀ? ਮਤਲਬ ਅੱਜ ਤੱਕ ਇਤਿਹਾਸ ਦੇ ਵਿੱਚ ਆਪਾਂ ਕਿਸੇ ਨਾਲ ਵੀ ਮਤਲਬ ਆਪਣਾ ਮੇਲ ਮਿਲਾਪ ਵੱਧਦਾ ਪੜੋਸ ਨਾਲ, ਤੇ ਉਹਦੇ ਨਾਲ ਕੀ ਹੁੰਦਾ? ਇਹ ਤਾਂ ਸੱਚਾ ਸਿਆਸਤਦਾਨ, ਇਹਨੂੰ ਤਾਂ ਭੰਡਣਾ ਇਹਨਾਂ ਨੇ ਜੀ। ਗੱਲ ਦਰੁਸਤ ਆ ਤੁਹਾਡੀ, ਕਿਉਂਕਿ ਦੇਖੋ ਸਾਰੇ ਡੈਲੀਗੇਟ ਜਾ ਰਹੇ ਨੇ, ਸਿੱਧੂ ਦਾ ਜਾਣਾ ਵੀ ਤੈਅ ਹੈ। ਜੇ ਉਹ ਨਹੀਂ ਜਾਂਦੇ ਤਾਂ ਫਿਰ ਸਿੱਖਾਂ ਦਾ ਮਨ ਉਸ ਤੋਂ ਮੁੜੇਗਾ ਕਿ ਯਾਰ ਆਪਣਾ ਸਿਆਸਤ ਕਰ ਗਿਆ, ਉਹਨੂੰ ਜਾਣਾ ਚਾਹੀਦਾ। ਪਰ ਉਹ ਹਾਂਜੀ ਕਹਿਣਾ ਜੀ, ਇਮਾਨਦਾਰ ਸਿਆਸਤਦਾਨ ਹੈ, ਇਹਨਾਂ ਨੇ ਤਾਂ ਇਮਾਨਦਾਰੀ ਨਾਲ ਸਿਆਸਤ ਕਰਨੀ ਹੈ ਵੀ ਜਿੰਨਾ ਚਿਰ ਵੀ ਚਲੋ ਸਿਆਸਤ ਚ ਰਹਿਣਗੇ ਕੋਈ ਪਾਰਟੀ ਦੇ ਵਿੱਚ ਕਿਸੇ ਚ ਵੀ ਇਹ ਜਾਣ। ਮੈਂ ਤੁਹਾਨੂੰ ਉਹਦੇ ਵੀ ਦੱਸਿਆ ਜੀ ਜੀ, ਤੇ ਇਹਨਾਂ ਦੇ ਤਾਂ ਇਹ ਜੀ ਇਹ ਤਾਂ ਇੱਕ ਰਾਜਨੀਤਿਕ ਸਟੰਟ ਹੈ ਜੀ।
ਐਵੇਂ ਰਾਜਨੀਤੀ ਕਰਕੇ ਇਹਨਾਂ ਨੂੰ ਭੰਡਣਾ, ਜੇ ਕਰਤਾਰਪੁਰ ਲਾਂਘਾ ਮੰਨ ਲਓ ਵੀ ਸਹੀ ਸਲਾਮਤ ਇਹਨਾਂ ਨੇ ਮੁੱਦਾ ਉਠਾਇਆ, ਉਹ ਮੰਨ ਲਓ ਵੀ ਅੱਜ ਆਪਣੇ ਟੀਚੇ ਤੇ ਪਹੁੰਚ ਰਿਹਾ ਤੇ ਬੜੀ ਹੀ ਚੰਗੀ ਗੱਲ ਹੈ ਜੀ। ਪੜੋਸ ਨਾਲ ਸੰਬੰਧ ਆਪਣੇ ਸੁਧਰਦੇ ਆ ਤਾਂ ਬਹੁਤ ਹੀ ਚੰਗੀ ਗੱਲ ਹੁੰਦੀ ਹੈ। ਬਿਲਕੁਲ, ਪਰ ਪੜੋਸ ਨਾਲ ਸੰਬੰਧ ਵਿਗਾੜ ਕੇ ਵੋਟਾਂ ਬੀਜੇਪੀ ਨੂੰ ਮਿਲ ਰਹੀਆਂ ਨੇ ਨਾ, ਪੁਲਵਾਮਾ ਅਟੈਕ, ਬਾਲਾਕੋਟ, ਜਿਹੜੇ ਇਹਨਾਂ ਸ਼ਹੀਦਾਂ ਦੇ ਨਾਂ 'ਤੇ ਵੋਟ ਮਿਲ ਰਹੀ ਹੈ, ਇਸ ਕਰਕੇ ਉਹ ਕਿਉਂ ਕਰਨਗੇ? ਪਾਕਿਸਤਾਨ ਨੂੰ ਵੀ ਭਾਰਤ ਖਿਲਾਫ਼ ਨਫ਼ਰਤ ਹੈ, ਜਿਹੜੀ ਰਾਸ ਆ ਰਹੀ ਹੈ, ਧਿਆਨ ਭਟਕ ਰਿਹਾ, ਜਿਹੜੀ ਬਗਾਵਤ ਉੱਧਰ ਹੋ ਰਹੀ ਹੈ, ਉਹ ਪਾਕਿਸਤਾਨ ਜਿਹੜੇ ਆਪਣਾ ਸਿਆਸੀ ਤੋਪਾ ਭਾਰਤ ਵੱਲ ਨੂੰ ਕਰ ਲੈਂਦਾ। ਸੋ ਇਹ ਜਿਹੜੀ ਲਾਸ਼ਾਂ ਦੀ ਰਾਜਨੀਤੀ ਹੈ ਨਾ, ਦੋਨਾਂ ਮੁਲਕਾਂ ਦੇ ਨੇਤਾਵਾਂ ਨੂੰ ਰਾਸ ਆ ਰਹੀ ਹੈ, ਆਵਾਮ ਨੂੰ ਇਸਦਾ ਨੁਕਸਾਨ ਹੈ, ਨਿਜ਼ਾਮ ਨੂੰ ਇਹ ਸੂਟ ਕਰ ਰਹੀ ਹੈ, ਪ੍ਰੋਬਲਮ ਇਹ ਹੈ। ਸੋ ਇੱਕ ਵਕਫਾ ਲੈਂਦੇ ਹਾਂ, ਵਕਫੇ ਤੋਂ ਬਾਅਦ ਆਪਦਾ ਇਸੇ ਵਿਸ਼ੇ 'ਤੇ ਸਵਾਗਤ ਰਹੇਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨੂੰ ਆਏ ਸੱਦੇ 'ਤੇ ਪਾਕਿਸਤਾਨ ਜਾਣ ਨਾਲ ਸਿਆਸੀ ਨੁਕਸਾਨ ਹੋਏਗਾ ਜਾਂ ਨਫ਼ਾ ਹੋਏਗਾ, ਉਹਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ, ਇਸ ਵਕਫੇ ਤੋਂ ਬਾਅਦ। ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਵੰਦ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਅੱਜ ਦੀ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰ੍ਹਾਂ ਇਮਰਾਨ ਖਾਨ ਵੱਲੋਂ ਉਦਘਾਟਨੀ ਸਮਾਗਮਾਂ ਦੇ ਵਾਸਤੇ ਸੱਦਾ ਦਿੱਤਾ ਗਿਆ, ਇਸ ਉਚੇਚੇ ਸੱਦੇ ਨੂੰ ਕਬੂਲ ਕਰਦਿਆਂ ਅਗਰ ਸਿੱਧੂ ਪਾਕਿਸਤਾਨ ਜਾਂਦੇ ਨੇ ਤਾਂ ਇਹ ਉਸ ਦੇ ਲਈ ਸੂਟੇਬਲ ਹੋਏਗਾ ਜਾਂ ਨੁਕਸਾਨਦਾਇਕ ਹੋਏਗਾ? ਕਿਉਂਕਿ ਜੇ ਉਹ ਨਕਾਰਦੇ ਨੇ ਤਾਂ ਫਿਰ ਇਹ ਸੁਨੇਹਾ ਜਾਏਗਾ ਕਿ ਉਹ ਆਪਣੀ ਸ਼ਾਖ ਬਚਾ ਗਿਆ, ਆਪਣੇ ਉੱਤੇ ਲੱਗਦੇ ਬੇਲੋੜੇ ਦਾਗ ਦੇ ਕਾਰਨ ਦਬਾਅ ਦੇ ਵਿੱਚ ਆ ਗਿਆ। ਕਿਉਂਕਿ ਕਿਸੇ ਜੌਬ ਦੇ ਵਿੱਚ ਰਹਿੰਦੇ ਆ, ਤੁਹਾਡੇ 'ਤੇ ਬੜੇ ਕਿਸਮ ਦੇ ਦਬਾਅ ਪੈਂਦੇ ਨੇ, ਇੱਕ ਪਾਸੇ ਤੁਹਾਡੀ ਜ਼ਮੀਰ ਹੁੰਦੀ ਹੈ ਅਤੇ ਦੂਸਰੇ ਤਰਫ ਇਸ ਤਰ੍ਹਾਂ ਦੀ ਵਜ਼ੀਰੀ ਦੇ ਪਲੜੇ ਹੁੰਦੇ ਨੇ ਅਤੇ ਤੁਸੀਂ ਕਿਸ ਪਾਸੇ ਝੁਕਣਾ? ਹਾਲਾਂਕਿ ਅਧਿਕਾਰਤ ਤੌਰ 'ਤੇ 575 ਮੈਂਬਰਾਂ ਦੇ ਵਿੱਚ ਵੀ ਬਤੌਰ MLA ਉਸਦਾ ਨਾਂ ਸ਼ਾਮਲ ਹੈ, ਮੈਂਬਰ ਪਾਰਲੀਮੈਂਟ ਜਾਂ ਹੋਰ ਲੋਕ ਨੇ ਜਿਹੜੇ, ਪਰ ਇਹ ਜਿਹੜਾ ਵਿਸ਼ੇਸ਼ ਸੱਦਾ ਇਸ ਦੌਰਾਨ ਉੱਥੇ ਸਮਾਗਮਾਂ ਦੇ ਪ੍ਰਾਹੁਣਿਆਂ ਦੀ ਸੂਚੀ ਦੇ ਵਿੱਚ ਉਸਨੂੰ ਵਿਸ਼ੇਸ਼ ਥਾਂ ਮਿਲਣਾ। ਇਮਰਾਨ ਖਾਨ ਨੇ, ਕਮਰ ਜਵੇਦ ਬਾਜਵਾ ਨੇ, ਹੋਰਾਂ ਨੇ ਸਿੱਧੂ ਨੂੰ ਉਚੇਚਾ ਮਿਲਣਾ ਸੈਲੀਬ੍ਰਿਟੀ ਦੇ ਤੌਰ 'ਤੇ, ਉੱਥੋਂ ਦੀ ਪ੍ਰੈਸ ਨੇ ਉਸਨੂੰ ਵਿਸ਼ੇਸ਼ ਤਵੱਜੋ ਦੇਣੀ ਹੈ। ਅਤੇ ਉਸ ਮੌਕੇ ਜਿਹੜਾ ਸਿੱਧੂ ਦਾ ਕੱਦ ਬੁੱਤ ਸਿਆਸੀ ਹਲਕਿਆਂ 'ਚ, ਸਿੱਖ ਹਲਕਿਆਂ 'ਚ ਤਾਂ ਵਧੇਗਾ, ਕੋਈ ਦੋ ਰਾਵਾਂ ਨਹੀਂ, ਪਰ ਜਿਹੜੀ ਭਾਰਤੀ ਲੌਬੀ ਹੈ, ਕਾਂਗਰਸ, BJP, ਅਕਾਲੀ ਲੌਬੀ ਹੈ, ਉਹਨਾਂ ਦੇ ਵਿੱਚ ਉਹ ਇਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਨਗੇ ਕਿ ਸਿੱਧੂ ਉਸੇ ਪਾਕਿਸਤਾਨ ਨਾਲ ਯਾਰੀਆਂ ਪਾ ਰਿਹਾ ਜਿਹੜਾ ਸਾਡੇ ਸੈਨਿਕਾਂ ਦਾ ਘਾਤ ਲਾਉਂਦਾ ਹੈ, ਨਸ਼ਾ ਵੰਡਦਾ ਹੈ। ਤੁਹਾਡਾ ਨਜ਼ਰੀਆ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ, ਹਾਂਜੀ, ਸਵਾਗਤ। ਹਾਂਜੀ ਹਾਂ, ਮੈਨੂੰ ਹੁਣ ਪਤਾ ਨਹੀਂ ਲੱਗਦਾ ਵੀ ਮੈਨੂੰ ਤੁਸੀਂ ਨਹੀਂ, ਤੁਸੀਂ ਆਉਣੇ ਰਹੋ ਭਾਜੀ, ਆਉਣੇ ਰਹੋ। ਹਾਂਜੀ ਹਾਂਜੀ, ਜਿਹੜੀ ਸਿੱਧੂ ਸਾਹਿਬ ਦੀ ਗੱਲ ਹੈ ਜੀ, ਉਹਨੂੰ ਕੋਈ ਕਿਸੇ ਪਾਸੇ ਜੋੜਦਾ, ਕੋਈ ਕਿਸੇ ਪਾਸੇ ਜੋੜਦਾ ਜੀ, ਸਿੱਖਾਂ ਕਰਕੇ ਜੋੜਦੇ। ਇੱਕ ਭਾਈ ਸਾਹਿਬ ਨੇ ਪਹਿਲਾਂ ਕਿਹਾ ਵੀ ਮੁਸਲਮਾਨਾਂ 'ਤੇ ਇਤਬਾਰ ਨਹੀਂ ਕਰਨਾ ਚਾਹੀਦਾ, ਮੱਥੇ ਰੰਗੜ ਦੀਆਂ ਗੱਲਾਂ ਕੀਤੀਆਂ ਸੂਬਾ ਸਰਹੰਦ ਦੀਆਂ, ਪਰ ਮੈਂ ਉਹਦੇ ਨਾਲ ਟਿਵਾਣਾ ਸਾਹਿਬ ਸਹਿਮਤ ਨਹੀਂ ਹੈਗਾ। ਜਿਹੜੀ ਮੁਸਲਮਾਨ ਔਰੰਗਜ਼ੇਬ ਤੋਂ ਲੈ ਕੇ ਮੱਥੇ ਰੰਗੜ ਤੱਕ ਇਹਨਾਂ ਦੀ ਸਿੱਖਾਂ ਨਾਲ ਸਿੱਧੀ ਕੋਈ ਲੜਾਈ ਨਹੀਂ ਸੀਗੀ, ਕੋਈ ਸਿੱਧੀ ਦੁਸ਼ਮਣੀ ਨਹੀਂ ਸੀਗੀ। ਇਹ ਔਰੰਗਜ਼ੇਬ ਨੇ ਹਿੰਦੂਆਂ ਦੇ ਜਨੇਊ ਲਾ ਕੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਜ਼ਬਰਦਸਤੀ ਸ਼ੁਰੂ ਕੀਤਾ, ਉਸ ਗੱਲ ਦਾ ਵਿਰੋਧ ਕੀਤਾ ਜੀ ਗੁਰੂ ਗੋਬਿੰਦ ਸਿੰਘ ਨੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਜਗੀਰਦਾਰਾਂ ਦੀ ਔਫਰਾਂ ਤੱਕ ਦਿੱਤੀਆਂ ਵੀ ਤੂੰ ਸਾਡਾ ਵਿਰੋਧ ਕਰਨਾ ਛੱਡ ਦਿਓ, ਉਹਨਾਂ ਨੇ ਕਿਹਾ ਵੀ ਤੂੰ ਇਹਨਾਂ 'ਤੇ ਜ਼ੁਲਮ ਕਰਨਾ ਛੱਡ ਦੇ, ਕੋਈ ਸਿੱਧੀ ਲੜਾਈ, ਕੋਈ ਦੁਸ਼ਮਣ ਨਹੀਂ ਹੈ ਜੀ। ਜੇ ਕਹੇ ਵੀ ਮੁਸਲਮਾਨ ਸਿੱਖਾਂ ਦੇ ਦੁਸ਼ਮਣ, ਕੋਈ ਦੁਸ਼ਮਣ ਨਹੀਂ। ਜਿਹੜੀ ਗੱਲ ਸ਼ਾਹ ਨਵਾਜ਼ ਹੁਸੈਨ ਤੇ ਮੁਖਤਾਰ ਅਬਾਸ ਨਕਵੀ ਦੀ ਕਰੀ ਹੈ ਵੀ ਉੱਧਰ ਮਿਲੇ, ਉਹ ਸਿੱਖਾਂ ਵਿੱਚ ਵੀ ਹੈ ਜੀ, ਬਾਦਲ ਉਹ ਨਹੀਂ ਹੈਗੇ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਪਤਨ ਕਰਨ ਵਾਲੇ ਡੋਗਰੇ ਸਿੱਖ ਸੀਗੇ ਜੀ, ਇਹ ਤਾਂ ਸਾਰੀਆਂ ਕੌਮਾਂ 'ਚ ਹੈ ਜੀ। ਇਹ ਕਹਿ ਦੇਣਾ ਵੀ ਜੀ ਮੁਸਲਮਾਨਾਂ ਨੇ ਐਂ ਕੀਤਾ 47, ਉਹ ਵੀ ਦੋਹੇ ਪਾਸੇ ਇਹਨਾਂ ਨੇ ਜੀ, ਗਾਂਧੀ ਉਹਨਾਂ ਨੇ ਮੂਰਖ ਬਣਾਇਆ ਸਿੱਖਾਂ ਦੇ ਮੁਸਲਮਾਨਾਂ ਨੂੰ ਆਪਸ 'ਚ ਲੜਾਇਆ, ਹੁਣ ਉਹੀ ਫੇਰ ਚੱਲ ਰਿਹਾ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਬਿਲਕੁਲ, ਬੜੇ ਬੜੇ ਪੱਖ ਨੇ ਜੀ, ਪੀਰ ਬੁੱਧੂ ਸ਼ਾਹ ਹੋ ਗਿਆ ਜਾਂ ਗੁਰੂ ਸਾਹਿਬ ਦੀਆਂ, ਇੱਕ ਲੜਾਈ ਹੈ ਜਿਹੜੀ ਉਹ ਸ਼ਾਇਦ ਆਖਰੀ ਲੜਾਈ ਮੁਗਲ ਸਰਕਾਰ ਨਾਲ ਸੀ, ਬਾਕੀ ਜਿਹੜੀਆਂ 13 ਲੜਾਈਆਂ ਸੀ ਉਹ ਹਿੰਦੂ ਰਾਜਿਆਂ ਨਾਲ ਸੀਗੀਆਂ। ਮਤਲਬ ਨਿੱਕੇ ਤੋਂ ਲੈ ਕੇ ਵੱਡੇ ਬਹੁਤ ਸਾਰੇ ਮਾਮਲੇ ਨੇ ਜਿਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੱਲਾਂ ਨੂੰ ਝੁਠਲਾਇਆ ਜਾ ਸਕਦਾ ਕਿ ਮੁਸਲਮਾਨਾਂ ਨੇ ਹਮੇਸ਼ ਸਿੱਖਾਂ ਨਾਲ ਧੋਖਾ ਕੀਤਾ। ਇੱਥੋਂ ਤੱਕ ਕਿ ਸਾਡਾ ਜਿਹੜਾ ਪਿੰਡ ਹੈ ਦਿੱਤੂਪੁਰ, ਸਾਡਾ ਜਿਹੜਾ ਪੁਰਖਾ ਸੀ, ਵੱਡ ਵਡੇਰਾ ਸੀ ਬਾਬਾ ਦਿੱਤੂ, ਉਹਦੀ ਸੂਬਾ ਸਰਹੰਦ ਤੱਕ ਬੜੀ ਪਹੁੰਚ ਸੀਗੀ। ਅਤੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤਾਂ ਉਦੋਂ ਜਿਸ ਤਰ੍ਹਾਂ ਫਿਰ ਜ਼ੁਲਮ ਸ਼ੁਰੂ ਹੋਏ, ਸਿੱਖਾਂ ਦੇ ਘਰ ਜਬਰੀ ਕਣਕ ਭੇਜੀ ਜਾਣ ਲੱਗੀ ਕਿ ਪੀਹ ਕੇ ਤੁਸੀਂ, ਸਾਰੀ ਪਬਲਿਕ ਦੀ ਕਿ ਪੀਹ ਕੇ ਭੇਜੋ, ਮਤਲਬ ਵਿਗਾੜ ਕਰਾਉਣ ਲੱਗੇ। ਅਤੇ ਫਿਰ ਉਹ ਥੋੜ੍ਹਾ ਜਿਹਾ ਇਲਾਕੇ ਦਾ ਚੌਧਰੀ ਟਾਈਪ ਬੰਦਾ ਸੀ, ਅੱਖੜ ਬੰਦਾ ਸੀ, ਵਰਸ਼ਾ ਵਰਸ਼ਾ ਰੱਖਦਾ ਸੀ,
ਤੇ ਲੋਕਾਂ ਨੂੰ ਜਦੋਂ ਕਿਹਾ ਕਿ ਵੀ ਦੇਖੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਅਤੇ ਤੁਹਾਡਾ ਇਸ ਤਰ੍ਹਾਂ ਵਰਸ਼ਾ ਲੈ ਕੇ ਤੁਰੇ ਫਿਰਨ ਦਾ ਕੀ ਲੌਜਿਕ ਹੈ? ਅਤੇ ਉਹ ਬੰਦੇ ਦੀ ਕਿਉਂਕਿ ਪਹੁੰਚ ਸੀ, ਉਹ ਸੂਬੇ ਦੇ ਦਰਬਾਰ ਦੇ ਵਿੱਚ ਸਿੱਧਾ ਆਉਂਦਾ ਜਾਂਦਾ ਸੀ, ਕੋਈ ਰੋਕ ਟੋਕ ਨਹੀਂ ਸੀ ਉਹਨੂੰ, ਇਲਾਕੇ ਦਾ ਮੋਹਤਬਰ ਬੰਦਾ ਸੀ ਦਿੱਤੂ। ਅਤੇ ਉਹ ਜਦੋਂ ਫਿਰ ਗਿਆ ਜਾ ਕੇ ਉਸਨੇ ਸਿੱਧਾ ਭਗਾਵਾਂ ਵਰਸ਼ਾ ਜਿਹੜਾ ਵਜ਼ੀਰ ਖਾਂ ਵੱਲ ਮਾਰਿਆ ਦਰਬਾਰ ਦੇ ਵਿੱਚ। ਉਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ, ਦਿੱਤੂ ਦਾ ਕਤਲ ਹੋਇਆ, ਉਸ ਦਾ ਜਿਹੜਾ ਪੁੱਤ ਸੀ ਉਹ ਜਿਸ ਦੇ ਨਾਂ 'ਤੇ ਫਿਰ ਟੌੜਾ ਪਿੰਡ ਬਣਿਆ ਉਹਨਾਂ ਨੂੰ ਫੜੋ ਫੜਾਈ ਦੇ ਹੁਕਮ ਹੋਏ। ਸੋ ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦਿੱਤੂ ਵਰਗੇ ਪਤਾ ਨਹੀਂ ਕਿੰਨੇ ਲੋਕ ਇਸ ਲੜਾਈ ਦੇ ਵਿੱਚ ਫਿਰ ਉਹ ਵਜ੍ਹਾ ਦੇ ਕਾਰਨ ਆਏ ਜੋ ਬਾਅਦ ਦੇ ਵਿੱਚ ਇਤਿਹਾਸ ਬਣਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ। ਮਤਲਬ ਹਾਲਾਂਕਿ ਮੀਰ ਮਨੂ ਵੇਖ ਲਓ, ਉਹਦਾ ਕੰਸੈਪਟ ਵੱਖਰਾ, ਪਰ ਮੀਆਂ ਮੀਰ ਉਹ ਕਿੰਨੇ ਸਤਿਕਾਰਤ ਨੇ ਸਿੱਖ ਧਰਮ ਦੇ ਵਿੱਚ, ਕਿੰਨੇ ਮੁਸਲਮਾਨ ਪੀਰਾਂ ਫਕੀਰਾਂ ਕੋਟਲਾ ਨਿਹੰਗ ਖਾਂ ਵੇਖ ਲਓ। ਅਤੇ ਇਸ ਤਰ੍ਹਾਂ ਮਤਲਬ ਨਹੀਂ ਕਹਿ ਸਕਦੇ ਕਿ ਪੂਰੀ ਮੁਸਲਮਾਨ ਕੌਮ ਹੀ ਸਿੱਖਾਂ ਦੀ ਵੈਰੀ ਹੈ ਜਾਂ ਪੂਰੀ ਹਿੰਦੂ ਕੌਮ ਹੀ ਸਿੱਖਾਂ ਦੀ ਵੈਰੀ ਹੈ। ਇਸ ਤਰ੍ਹਾਂ ਹਿੰਦੂ ਇਤਿਹਾਸ ਤੋਂ ਵੀ, ਹਿੰਦੂ ਸਮਾਜ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਸਿੱਖਾਂ ਦੇ ਨਾਲ ਨਿਭੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹਿੰਦੂ ਮਾੜੇ ਨੇ, ਸਾਰੇ ਸਿੱਖ ਮਾੜੇ ਨੇ ਜਾਂ ਸਾਰੇ ਮੁਸਲਮਾਨ ਮਾੜੇ ਨੇ। ਕੁਝ ਲੋਕ ਕਿਸੇ ਨਾ ਕਿਸੇ ਕਮਿਊਨਿਟੀ ਦੇ ਵਿੱਚ ਗਲਤ ਹੁੰਦੇ ਨੇ। ਤੁਸੀਂ ਆਉਣੇ ਰਹੋ ਸਰ, ਸਤਿ ਸ਼੍ਰੀ ਅਕਾਲ ਜੀ। ਅਰਦਾਸ ਦਾ ਹਿੱਸਾ ਹੈ ਜਦੋਂ ਵਿਸ਼ੇਸ਼ ਸੱਦਾ ਉਹਨੂੰ ਡੈਲੀਗੇਟ ਦੇ ਤੌਰ ਤੇ ਆਇਆ। ਇਹ ਤਾਂ ਮਤਲਬ ਰਾਜਿਆਂ ਮਹਾਰਾਜਿਆਂ ਚ ਵੀ ਹੁੰਦਾ ਆਇਆ ਜਦੋਂ ਦੁਸ਼ਮਣੀਆਂ ਨੇ, ਥੈਂਕ ਯੂ, ਤੇ ਜਦੋਂ ਸੱਦੇ ਆਉਂਦੇ ਨੇ ਜਾਣਾ ਚਾਹੀਦਾ। ਪਰ ਉਹਦਾ ਸਿਆਸੀ ਤੌਰ 'ਤੇ ਸਾਰੀਆਂ ਪਾਰਟੀਆਂ, ਕਾਂਗਰਸ, ਅਕਾਲੀ, BJP, ਸਾਰੀਆਂ ਪਾਰਟੀਆਂ, ਆਮ ਆਦਮੀ ਪਾਰਟੀ ਇਸ ਮਾਮਲੇ 'ਚ ਉਹਨੂੰ ਘੇਰਨਗੀਆਂ, ਉਹਦਾ ਨੁਕਸਾਨ ਕਰਨਗੀਆਂ। ਪਰ ਆਵਾਮ ਕੀ ਉਹਨੂੰ ਸਪੋਰਟ ਕਰੇਗਾ, ਉਹ ਸਪੋਰਟ ਕੀ ਵੋਟ ਦੇ ਰੂਪ ਦੇ ਵਿੱਚ ਬਦਲੇਗੀ, ਇਹ ਆਉਣ ਵਾਲਾ ਸਮਾਂ ਵੇਖਣਾ ਹੋਏਗਾ। ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦਵਾਨਾ ਜੀ। ਜੀ ਰੰਧਾਵਾ ਸਾਹਿਬ, ਸਵਾਗਤ ਹੈ ਵੀਰ। ਹਾਂਜੀ, ਪਹਿਲਾਂ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਤੇ ਤੁਹਾਡੇ ਸਰੋਤਿਆਂ ਤੋਂ ਕੱਲ ਹੀ ਮਾਫੀ, ਮੈਨੂੰ ਨੌਲੇਜ ਨਹੀਂ ਸੀ ਕਿ ਸਿੱਧੂ ਮੂਸੇਵਾਲੇ ਦਾ ਇੱਥੇ ਪ੍ਰੋਗਰਾਮ ਸਾਡਾ ਹੀ ਐਡਲੇਟ ਸੀ। ਨਹੀਂ ਨਹੀਂ, ਕੋਈ ਗੱਲ ਨਹੀਂ ਜੀ, ਬੜਾ ਕੁਝ ਦੁਨੀਆ 'ਚ ਹੁੰਦਾ, ਮਤਲਬ ਸਾਨੂੰ ਵੀ ਕਈ ਵਾਰੀ ਨਹੀਂ ਪਤਾ ਹੁੰਦਾ ਹਰ ਬੰਦਾ, ਕੋਈ ਇਦਾਂ ਦੀ ਗੱਲ ਨਹੀਂ। ਵੈਲਕਮ। ਹਾਂਜੀ, ਨਹੀਂ ਸੋਰੀ ਜੀ ਉਹਦੇ ਲਈ। ਬਾਕੀ ਸਰ, ਜੇ ਤੁਸੀਂ ਅੱਜ ਦੀ ਜਿਹੜੀ ਗੱਲ, ਉੱਥੋਂ ਹੁਣ ਇਨਵੀਟੇਸ਼ਨ ਆਇਆ, ਜੇ ਤੁਸੀਂ ਪਹਿਲਾਂ ਦੇਖੋ ਜਦੋਂ ਸਿੱਧੂ ਸਾਹਿਬ ਪਹਿਲਾਂ ਗਏ ਸੀ ਉੱਥੇ ਤੇ ਉਹ ਬਾਜਵਾ ਸਾਹਿਬ ਨੇ ਜੱਫੀ ਪਾ ਕੇ ਕਿਹਾ ਸੀ ਕਿ ਅਸੀਂ ਤੁਹਾਨੂੰ ਲਾਂਘਾ ਦੇਵਾਂਗੇ, ਉਦੋਂ ਕਿਹੜਾ ਸਿੱਧੂ ਸਾਹਿਬ ਮਤਲਬ ਉਹ ਚਿੱਠੀ ਲੈ ਕੇ ਗਏ ਸੀ ਕਿ ਸਾਨੂੰ ਲਾਂਘਾ ਚਾਹੀਦਾ ਹੈ, ਉਹਨਾਂ ਆਪ ਹੀ ਪ੍ਰਪੋਜ਼ ਕੀਤਾ ਸੀ ਪਾਕਿਸਤਾਨ ਵਾਲਿਆਂ ਨੇ, ਤੇ ਉਦੋਂ ਕਿੰਨੀ ਮੁਖਾਲਫਤ ਹੋਈ ਸੀ ਇੱਥੇ ਅਕਾਲੀ ਦਲ ਵਾਲਿਆਂ ਨੂੰ ਤੇ ਬਾਕੀ ਸਾਰਿਆਂ ਨੂੰ ਜਿਹੜੇ ਸਿੱਧੂ ਸਾਹਿਬ ਦੇ ਕਾਂਗਰਸ ਦੇ ਵਿੱਚ ਸਪੋਰਟਰ ਨਹੀਂ ਨੇ, ਮੰਤਰੀ ਨਹੀਂ ਹੈ, ਜੋ ਵੀ ਹੈ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੈ ਇਹ ਬੰਦੇ ਦੀ ਇੰਨੀ ਚੜ੍ਹਤ ਹੋ ਗਈ ਹੈ ਤੇ ਅਸੀਂ ਕਿਉਂ ਪਿੱਛੇ ਰਹਿ ਗਏ ਹਾਂ। ਤੇ ਇਹੋ ਹੁਣ ਹੋਣਾ ਹੈ ਜੀ, ਹੁਣ ਨਾ ਸਿੱਧੂ ਸਾਹਿਬ ਨੇ, ਮੈਨੂੰ ਨੀ ਪਤਾ ਇਨਵੀਟੇਸ਼ਨ ਉੱਥੇ ਐਪਲੀਕੇਸ਼ਨ ਦਿੱਤੀ ਹੋਊਗੀ ਕਿ ਮੈਂ ਆ ਜਾ ਕੇ ਨਾ ਆਵਾਂ, ਪਰ ਜੇ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਸੱਦਿਆ ਹੈ ਆਪਣੀ ਦੋਸਤੀ ਦੇ ਨਾਂ ਤੇ, ਤੇ ਹੁਣ ਵੀ ਇਹੋ ਹੋਣਾ ਹੈ ਕਿ ਹੈ ਸਿੱਧੂ ਨੂੰ ਸੱਦ ਲਿਆ, ਅਕਾਲੀ ਦਲ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਣੀ ਹੈ ਕਿ ਇਹਨੂੰ ਬੰਦੇ ਨੂੰ ਸੱਦ ਲਿਆ ਤੇ ਸਾਨੂੰ ਕਿਸ ਤਰ੍ਹਾਂ ਪਿੱਛੇ ਰਹਿਣ ਦਿੱਤਾ। ਤੇ ਬਾਕੀ ਜਿਹੜੀ ਗੱਲ ਰਹਿ ਗਈ ਸਿਆਸਤ ਦੀ, ਉਹ BJP ਨੂੰ ਜੇ ਮੰਨ ਲਓ ਕੱਲ ਆਉਣ ਵਾਲੇ 2-4 ਸਾਲਾਂ ਦੇ ਵਿੱਚ ਸਿੱਧੂ ਦੀ ਲੋੜ ਪਈ ਤੇ ਸਿੱਧੂ ਸਾਹਿਬ ਜੇ ਉਹਨਾਂ ਦੇ ਵਿੱਚ ਚੱਲ ਗਏ, ਜਿਹੜੀ BJP ਅੱਜ ਇਹਨਾਂ ਦੀ ਮੁਖਾਲਫਤ ਕਰ ਰਹੀ ਹੈ ਉਹਨਾਂ ਹੀ ਫਿਰ ਕੱਲ ਨੂੰ ਸ਼ੁਰੂ ਕਹਿਣਾ ਸ਼ੁਰੂ ਕਰ ਦੇਣਾ ਹੈ ਕਿ ਅਸੀਂ ਮਤਲਬ ਪਾਕਿਸਤਾਨ ਦੇ ਨਾਲ ਸੋਹਣੇ ਰਿਲੇਸ਼ਨ ਬਣਾਉਂਦੇ ਚਾਹੁੰਦੇ ਸਾਂ, ਤੇ ਉਹਦੇ ਲਈ ਸਿੱਧੂ ਸਾਹਿਬ ਬੜੇ ਕੰਸਟਰਕਟਿਵ ਸਾਬਿਤ ਹੋਏ, ਉਹਦੇ ਲਈ ਸਿੱਧੂ ਸਾਹਿਬ ਨੇ ਬਹੁਤ ਐਫਰਟ ਕੀਤੀ। ਸੋ ਮਤਲਬ ਸਿਆਸਤ ਹੈ, ਜਿਸ ਤਰ੍ਹਾਂ ਸੂਟ ਬਹਿੰਦੀ ਹੈ ਉਸ ਤਰ੍ਹਾਂ ਉਹ ਕਰੀ ਜਾਂਦੇ ਨੇ ਜੀ। ਥੈਂਕ ਯੂ। ਸੁਖਾ ਪੰਡੋਰੀ ਵੀ ਇਹੀ ਗੱਲ ਲਿਖਦੇ ਨੇ, ਕਹਿੰਦੇ ਭਵਿੱਖ ਦੇ ਵਿੱਚ ਜੇ ਸਿੱਧੂ BJP ਨੂੰ ਮੁੜ ਜੁਆਇਨ ਕਰਦੇ ਨੇ, ਪੰਜਾਬ ਦੇ ਮੁਖੀ ਬਣਦੇ ਨੇ, ਉਹਨਾਂ ਨੂੰ ਇਸ ਯਾਤਰਾ ਦਾ ਬੈਨੀਫਿਟ ਹੋਏਗਾ। ਗਿੱਲ ਜੁਗਰਾਜ ਲਿਖਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ, ਦੇਵੀ ਲਾਲ ਫੈਮਿਲੀ ਆਰ ਕਲੋਜ਼, ਸੋ ਇਨ ਹਰਿਆਣਾ ਬਾਦਲ ਹੈਲਪਿੰਗ ਆਲਵੇਜ਼ ਹਿਮ ਇਨ ਆਲ ਇਲੈਕਸ਼ਨਸ। ਦੁਸ਼ਯੰਤ ਚੁਟਾਲਾ, ਐਜੂਕੇਟਡ ਫਾਰਮਰ ਐਂਡ ਲੀਡਰ ਸੇਮ ਐਜ ਸੁਨੀਲ ਜਾਖੜ। ਹਰਪਾਲ ਸਿੰਘ ਕਹਿੰਦੇ ਜੇ ਬਾਕੀ ਵਿਧਾਇਕ ਜਾਂਦੇ ਨੇ ਤਾਂ ਸਿੱਧੂ ਨੂੰ ਵੀ ਜਾਣਾ ਚਾਹੀਦਾ। ਭਗਵਾਨ ਸਿੰਘ ਧਾਲੀਵਾਲ ਮੈਲਬਰਨ ਤੋਂ, ਧੰਨਵਾਦ। ਸਰਪੰਚ ਹਰਪ੍ਰੀਤ ਮੋਹਰੇਵਾਲਾ
ਕਹਿੰਦੇ ਸਿੱਧੂ ਨੂੰ ਅਸੀਂ ਨਹੀਂ ਭੁੱਲ ਸਕਦੇ ਜਿਹਨਾਂ ਸਾਡੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੇ ਵਿੱਚ ਵੱਡਾ ਰੋਲ ਹੈ। ਦਿਆਲ ਸਿੰਘ ਖੋਸਾ ਕਹਿੰਦੇ ਸਿੱਧੂ ਵਿਲ ਡਨ ਦੇ ਆਰ ਜੈਲਸ ਔਨ ਹਿਮ, ਉੱਤੇ ਤਾਂ ਸਾੜਾ ਹੈ ਜੀ ਬਿਲਕੁਲ। ਤੇਜਿੰਦਰ ਸਿੰਘ ਜੁੜੇ ਨੇ, ਲਖਵੀਰ ਸਿੰਘ ਨਰਵਾਲ ਕਹਿੰਦੇ ਨੇ ਸਿੱਧੂ ਦਾ ਤਾਂ ਪਤਾ ਨਹੀਂ ਜਾਵੇ ਨਾ ਜਾਵੇ, ਪਰ ਬਾਕੀਆਂ ਦਾ ਤਾਂ ਹਾਲ ਇਹ ਹੈ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਬਿਲਕੁਲ, ਪੰਜਾਬ ਗੌਰਮੈਂਟ ਉੱਥੇ ਅਖੰਡ ਪਾਠ ਕਰਾਉਣਾ ਚਾਹੁੰਦੀ ਸੀ। ਇਸ 30-31 ਮੈਂਬਰੀ ਵਫਦ ਨੂੰ ਪਾਕਿਸਤਾਨ ਨੇ ਆਗਿਆ ਨਹੀਂ ਦਿੱਤੀ, ਉਹ ਬੜੇ ਬੁਖਲਾਏ ਹੋਏ ਨੇ ਚੰਨੀ ਵਗੈਰਾ ਜਾਂ ਸਾਰੇ। ਅਤੇ ਬਲਜੀਤ ਬਲ ਕਹਿੰਦੇ ਪਾਕਿਸਤਾਨ ਨੇ ਸਿੱਧੂ ਨੂੰ ਸੱਦਾ ਦਿੱਤਾ, ਬਹੁਤ ਵਧੀਆ ਕੀਤਾ, ਸਿਆਸੀ ਲੀਡਰਾਂ ਨੂੰ ਸ਼ੀਸ਼ਾ ਦਿਖਾ ਦਿੱਤਾ, ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਲਾਂਘੇ ਵਾਸਤੇ ਲੋਕ ਸਿੱਧੂ ਨੂੰ ਯਾਦ ਰੱਖਣਗੇ। ਨਿਰਮਲ ਸਿੰਘ, ਜੱਸੀ ਤੁਗਲਵਾਲਾ, ਬਲਵਿੰਦਰ ਸਿੰਘ ਸੰਧੂ, ਜਸਪਾਲ ਸ਼ੇਰਗਲ, ਕਮਲਪ੍ਰੀਤ ਕਹਿੰਦੇ ਸਿੱਧੂ ਡੋਂਟ ਨੀਡ ਕਾਂਗਰਸ, ਕਾਂਗਰਸ ਨੀਡ ਸਿੱਧੂ। ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਚਰਨਵੀਰ ਰੰਧਾਵਾ ਐਂਡ ਭੈਣ ਰਾਣੀ ਗੁਰਚਰਨ ਜੀ, ਰਾਜੀ ਕੰਗ, ਮਿੱਕੀ ਮੱਲੀ, ਅਮਰਿੰਦਰਾ ਸਿੰਘ ਕਲਕੱਤਿਓਂ, ਰਜਵੰਤ ਸਿੰਘ, ਜਸਪ੍ਰੀਤ ਅੰਗਰੇਜ਼ ਸਿੱਧੂ, ਮਾਵੀ ਜਸਪ੍ਰੀਤ ਆਸਟ੍ਰੇਲੀਆ ਤੋਂ, ਦਲਵਿੰਦਰ ਭੁੱਲਰ, ਬਲਵਿੰਦਰ ਸਿੰਘ ਸੰਧੂ ਅਤੇ ਰਜਿੰਦਰ ਸਿੰਘ ਸਿੱਧੂ ਬਾਈ ਜੀ ਜੁੜੇ ਨੇ। ਸਵਾਗਤ ਤੁਹਾਡਾ ਉਹਨਾਂ ਰੋ ਜੀ। ਹਾਂਜੀ ਜਵਾਨਾ ਸਾਹਿਬ, ਮੈਂ ਦੁਬਾਰਾ ਆਇਆ। ਕੋਈ ਗੱਲ ਨਹੀਂ, ਘਰ ਦੀ ਗੱਲ ਹੈ, ਜਿੰਨੀ ਵਾਰ ਮਰਜ਼ੀ ਆਓ। ਧੰਨਵਾਦ ਜੀ। ਗੱਲ ਇਹ ਆ ਬਈ, ਵੇਖੋ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਜਾਏ ਨਾ ਤੇ ਉਹ ਵਧੀਆ ਹੁੰਦੀ ਆ। ਮੈਂ ਤਾਂ ਕਹਾਣੀ ਇਹ ਦੱਸੀ ਵੀ ਮੁਸਲਮਾਨਾਂ ਤੇ ਵੀ ਇਹਨਾਂ ਨੇ ਇਤਬਾਰ ਨਹੀਂ ਕਰਨਾ ਤੇ ਇਹਨਾਂ ਨੇ ਸਿੱਖਾਂ ਤੇ ਵੀ ਨਹੀਂ ਕਰਨਾ। ਕਹਾਣੀ ਤੇ ਮੈਂ ਦੱਸੀ ਸੀ ਉਹ ਪਿਛਲੀਆਂ ਜੰਗਾਂ ਜਿੱਦਾਂ ਦੀ, ਤੇ ਇੱਕ ਭਾਈ ਸਾਹਿਬ ਕਹਿੰਦੇ ਵੀ ਉਹ ਸਿੱਖਾਂ ਦੀ ਤੇ ਮੁਸਲਮਾਨਾਂ ਨਾਲ ਲੜਾਈ ਕੋਈ ਨਹੀਂ ਹੋਈ, ਉਹ ਤੇ ਔਰੰਗਜ਼ੇਬ ਵੇਲੇ ਸੀ। ਹੁਣ ਮੈਂ ਮਤਲਬ ਵੇਖੋ ਤੱਥਾਂ ਦੇ ਆਧਾਰ ਤੇ ਗੱਲ ਆ, ਜੋ ਇਤਿਹਾਸ ਲਿਖਦਾ ਵੀ ਮੀਰ ਮੰਨੂ ਕਦੋਂ ਹੋਇਆ, ਜ਼ਕਰੀਆ ਖਾਨ ਕਦੋਂ ਹੋਇਆ, ਅਹਿਮਦ ਸ਼ਾਹ ਅਬਦਾਲੀ ਕਦੋਂ ਹੋਇਆ ਤੇ ਮੱਸਾ ਰੰਗੜ, ਉਹ ਤੇ ਗੁਰੂ ਸਾਹਿਬ ਤੋਂ ਸਾਰੇ ਹੀ ਬਾਅਦ ਦੇ ਹੋਏ। ਜਦੋਂ ਦਰਬਾਰ ਸਾਹਿਬ ਪੂਰ ਕੇ ਮੱਸੇ ਰੰਗੜ ਨੇ ਕੰਜਰੀ ਨਚਾਈ, ਉਦੋਂ ਗੁਰੂ ਸਾਹਿਬ ਕਿੱਥੇ ਹੈਗੇ ਸੀ? ਇਹ ਤਾਂ 100 ਸਾਲ ਬਾਅਦ ਦੀਆਂ ਗੱਲਾਂ ਨੇ। ਸੁੱਖਾ ਸਿੰਘ, ਮਹਿਤਾਬ ਸਿੰਘ ਹੋਏ, ਫਿਰ ਬੋਤਾ ਸਿੰਘ, ਗਰਜਾ ਸਿੰਘ ਹੋਏ, ਬਾਬਾ ਦੀਪ ਸਿੰਘ ਜਿਹੜੀ ਲੜਾਈ 'ਚ ਸ਼ਹੀਦ ਹੋਏ ਉਦੋਂ ਕਿੱਥੇ ਸੀ ਗੁਰੂ ਗੋਬਿੰਦ ਸਿੰਘ? ਬੰਦਾ ਸਿੰਘ ਬਹਾਦਰ ਨਾਲ ਜਿਹੜੀਆਂ ਲੜਾਈਆਂ ਹੋਈਆਂ ਉਦੋਂ ਕਿੱਥੇ ਸੀਗੇ ਗੁਰੂ ਸਾਹਿਬ? ਇਹ ਪਤਾ ਨਹੀਂ ਲੋਕ ਮਤਲਬ ਉਹ ਕਹਿੰਦੇ, ਜਿਹੜਾ ਦਾਤਰੀ ਫੇਰਨੀ ਹੁੰਦੀ ਆ ਕੋਈ ਗੱਲ ਦਾ, ਨਾ ਉਹਦੀ ਕੋਈ ਅਥੈਂਟਿਸਿਟੀ ਹੁੰਦੀ ਆ, ਨਾ ਕੋਈ ਗੱਲ ਹੁੰਦੀ, ਉਦਾਂ ਹੀ ਗੱਲ ਕਰਨੀ ਤੇ ਆ ਕੇ ਕਿਸੇ ਦੀਆਂ ਲੱਤਾਂ 'ਚ ਚੱਲਦੇ ਮਸ਼ੀਨ। ਕੋਈ ਨੀ, ਕੋਈ ਨੀ। ਤੇਜਿੰਦਰ ਸਿੰਘ ਵੀ ਪੀਰ ਬੁੱਧੂ ਸ਼ਾਹ ਬਾਰੇ ਗੱਲ ਕਰ ਰਹੇ ਨੇ, ਭੈਣ ਜਗਦੀਪ ਕੌਰ, ਅਮਰਿੰਦਰਪਾਲ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਜਾਣਾ ਚਾਹੀਦਾ, ਰਮਨਪ੍ਰੀਤ ਗਰੇਵਾਲ ਅਤੇ ਨਰਵੈਲ ਸਿੰਘ ਕਹਿੰਦੇ ਇਹਨਾਂ ਨੇ ਵੀਜ਼ਾ ਨਹੀਂ ਦੇਣਾ ਸਿੱਧੂ ਨੂੰ, ਨਹੀਂ ਇਹ ਵੀਜ਼ਾ ਰੋਕਣਗੇ ਤਾਂ ਹੋਰ ਰਿਐਕਸ਼ਨ ਇਸ ਦਾ ਹੋਏਗਾ। ਵੀਜ਼ਾ 'ਤੇ ਕਿਉਂਕਿ ਆਲਰੇਡੀ ਉਹ ਲਿਸਟ ਦੇ ਵਿੱਚ ਸ਼ਾਮਿਲ ਨੇ, ਵੀਜ਼ਾ 'ਤੇ ਮਿਲਣਾ ਹੀ ਮਿਲਣਾ ਐਜ਼ ਏ MLA, ਪਰ ਉੱਥੇ ਜਿਹੜੇ ਸੱਦੇ ਦੇ ਪ੍ਰੋਟੋਕੋਲ ਦੇ ਦੌਰਾਨ ਫਿਰ ਵੱਖਰੀ ਚੇਅਰ ਲੱਗਣੀ ਹੈ ਉਹਨਾਂ ਦੀ, ਇਮਰਾਨ ਹੋਰਾਂ ਦੇ ਨਾਲ, ਉੱਥੋਂ ਫਿਰ ਕਪਤਾਨ ਹੋਰੀ ਜਾਂ ਹੋਰ ਜਿਹੜੇ ਅਹਿਲਕਾਰ ਨੇ ਪਾਕਿਸਤਾਨੀ, ਇਹਨਾਂ ਨੂੰ ਬੜੀ ਤਕਲੀਫ ਹੋਣੀ ਹੈ। ਪਾਕਿਸਤਾਨੀ ਮੀਡੀਏ ਨੇ ਵੀ ਉਹਨਾਂ ਨੂੰ ਤਵੱਜੋ ਜ਼ਿਆਦਾ ਦੇਣੀ ਹੈ, ਹਾਲਾਂਕਿ ਉੱਥੇ ਕੀ ਬਿਆਨ ਦਿੰਦੇ ਨੇ ਉਹ ਬਾਅਦ ਦੀ ਗੱਲ ਹੈ, ਪਰ ਸਿਆਸੀ ਤੌਰ 'ਤੇ ਇਹਨਾਂ ਸਾਰਿਆਂ ਨੂੰ ਠਿੱਬੀ ਲੱਗਣੀ ਹੈ। ਅਗਰ ਸਿੱਧੂ ਪਾਕਿਸਤਾਨ ਜਾਣਗੇ, ਜਾਣਾ ਚਾਹੀਦਾ ਉਹਨਾਂ ਨੂੰ, ਨਫ਼ਾ ਨੁਕਸਾਨ ਸਿਆਸਤ ਦੇ ਵਿੱਚ ਉਹ ਬਾਅਦ ਦੀਆਂ ਗੱਲਾਂ ਨੇ, ਉਹਨਾਂ ਦਾ ਜੋ ਫਰਜ਼ ਹੈ ਉਹ ਅਹਿਲੇ ਸਿਆਸਤ ਜਾਣੇ, ਮੇਰਾ ਪੈਗਾਮ ਹੈ ਮੁਹੱਬਤ ਜਹਾਂ ਤੱਕ ਪਹੁੰਚੇ, ਇੱਕ ਪੈਗਾਮ ਉਹ ਲੈ ਕੇ ਆਏ ਸੀ, ਕੋਈ ਗੁਨਾਹ ਨਹੀਂ ਉਹਨਾਂ ਨੇ ਕੀਤਾ, ਕੋਈ CID ਨਹੀਂ ਕੀਤੀ। ਖੈਰ, ਮੁਲਕ ਨਾਲ ਕਿੰਨੇ ਲੋਕ ਨੇ ਜਿਨ੍ਹਾਂ ਨੇ ਲਿਖ ਲਿਖ ਕੇ ਅੰਗਰੇਜ਼ਾਂ ਤੋਂ ਮਾਫੀਆਂ ਮੰਗੀਆਂ, ਅਟਲ ਬਿਹਾਰੀ ਵਾਜਪੇਈ ਸਾਹਿਬ ਆ, ਵੀਰ ਸਵਰਕਰ ਹੋਰੀ ਕਿੰਨੀ ਵਾਰ ਅੰਗਰੇਜ਼ਾਂ ਤੋਂ ਲਿਖਤ ਮਾਫੀਆਂ ਮੰਗੇ। ਕਾਲੇ ਪਾਣੀ ਦਾ ਸਾਰਾ ਇਤਿਹਾਸ ਬਦਲੀ ਜਾ ਰਹੀ ਆ ਰਿਹਾ, ਸਿੱਖਾਂ ਦਾ ਇਤਿਹਾਸ ਡਿਲੀਟ ਹੋ ਰਿਹਾ, ਉੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ ਵਿੱਚ ਵੀਰ ਸਵਰਕਰ ਨੂੰ ਉਭਾਰਿਆ ਜਾ ਰਿਹਾ, ਸ਼੍ਰੋਮਣੀ ਕਮੇਟੀ ਬਣੀ ਜਾਂਚ ਵਾਸਤੇ, ਪ੍ਰੋਫੈਸਰ ਗਏ ਹੈ ਕਿ ਅਸੀਂ ਜਾਂਚ ਕਰਾਂਗੇ, ਰਿਪੋਰਟ ਆਵਾਂਗੇ, ਕੀ ਨਿਕਲਿਆ? ਸਾਰਾ ਕੁਛ ਕਾਲੇ ਪਾਣੀ ਦਾ ਇਤਿਹਾਸ ਉਸੇ ਤਰ੍ਹਾਂ ਬਦਲ ਕੇ ਵੀਰ ਸਵਰਕਰ ਨੂੰ ਉੱਥੋਂ ਹੀਰੋ ਬਣਾਇਆ ਜਾ ਰਿਹਾ, ਹੁਣ ਭਾਰਤ ਰਤਨ ਉਸ ਨੂੰ ਦਿੱਤਾ ਜਾ ਰਿਹਾ, ਇਹ ਹਾਲਾਤ ਹੋ ਰਹੇ ਨੇ। ਖੈਰ, ਮੰਗਲ ਸੇਨ ਦੇ ਨਾਂ 'ਤੇ ਏਅਰਪੋਰਟ ਬਣਾਉਣ ਨੂੰ ਫਿਰਦੇ ਨੇ ਚੰਡੀਗੜ੍ਹ ਦਾ, ਕੌਣ ਜਾਣਦਾ ਮੰਗਲ ਸੇਨ ਕੌਣ ਸੀ? ਮੰਗਲ ਪਾਂਡੇ ਨੂੰ ਲੋਕ ਜਾਣਦੇ ਨੇ, ਜਿਹਨੇ ਵਿਰੋਧ ਕੀਤਾ ਸੀ ਕਿ ਚਰਬੀ ਲੱਗੀ ਕਾਰਤੂਸ ਗਾਂ ਦੀ ਮਾਸ ਵਾਲੀ ਅਸੀਂ ਨਹੀਂ ਚਲਾਉਣੇ, ਉਹ ਧਾਰਮਿਕ ਮਸਲਾ ਸੀ, ਉਸ ਨੂੰ ਦੇਸ਼ ਦੀ ਆਜ਼ਾਦੀ ਦਾ ਪਹਿਲਾ ਫਰੀਡਮ ਫਾਈਟਰ ਬਣਾ ਦਿੱਤਾ। ਪਹਿਲਾ ਫਰੀਡਮ ਫਾਈਟਰ ਦੇ ਭਾਈ ਮਹਾਰਾਜ ਸਿੰਘ ਸੀ, ਜਿਹਦੇ 'ਤੇ ਇੰਨਾ ਉਸ ਵਕਤ ਦਾ ਇਨਾਮ ਸੀਗਾ, ਉਸ ਤੋਂ ਵੱਡਾ ਇਨਾਮ ਜਾਂ ਓਡਾ ਵੱਡਾ ਇਨਾਮ ਮੁੜ ਕੇ ਲਦੇਨ 'ਤੇ ਰੱਖਿਆ ਗਿਆ ਸੀਗਾ। ਭਾਈ ਮਹਾਰਾਜ ਸਿੰਘ ਕਿੰਨੇ ਸਾਲ ਸਿੰਘਾਪੁਰ ਦੀ ਜੇਲ੍ਹ ਦੇ ਵਿੱਚ ਕੈਦ ਰਿਹਾ, ਜਿਹੜਾ ਕਿ ਅੰਗਰੇਜ਼ਾਂ ਦੇ ਨਾਲ ਉਹ ਲੜਨ ਵਾਲਾ ਪਹਿਲਾ ਫਰੀਡਮ ਫਾਈਟਰ ਸੀ, ਭਾਈ ਮਹਾਰਾਜ ਸਿੰਘ ਰੱਬੋਂ ਵਾਲਾ। ਖੈਰ, ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਤੋਂ ਅਸੀਂ ਲੋਕ ਕੋਰੇ ਹਾਂ, ਨਾ ਵਾਕਫ ਹਾਂ। ਕਿਆ ਤੁਸੀਂ ਆਨਰ ਹੋ?
ਵਾਲੀ ਬੇਨਤੀ ਕਰ ਰਿਹਾ ਜੀ। ਸੰਮੇ ਵਾਲੀ ਸਾਹਿਬ ਸਵਾਗਤ ਵੀਰ ਜੀ। ਸਰ ਜੀ ਜਾਣਾ ਚਾਹੀਦਾ ਸਿੱਧੂ ਸਾਹਿਬ ਨੂੰ, ਕਿਉਂਕਿ ਵੇਖੋ ਇਹਨਾਂ ਨੂੰ ਤਾਂ ਬੜੀ ਕੈਪਟਨ ਸਾਹਿਬ ਹੋਰਾਂ ਨੂੰ ਦੋਨੋਂ ਹੀ ਤਕਲੀਫ ਹੋਈ ਸੀ ਤੇ ਹੁਣ ਵੀ ਹੋਣੀ ਹੈ ਜੀ, ਕਿਉਂਕਿ ਵੇਖੋ ਇਹ ਚਿੱਟਾ ਕਈ ਲੀਡਰ ਮੰਗਵਾ ਸਕਦੇ ਨੇ ਜਿਹਦੇ ਨਾਲ ਕੌਮ ਦੀ ਤਬਾਹੀ ਹੋ ਗਈ। ਆਮ ਬੰਦਾ ਨੀ ਨਾ ਸਰ ਮੰਗਾ ਸਕਦਾ ਕਰੋੜਾਂ ਰੁਪਈਆਂ ਦਾ ਚਿੱਟਾ, ਆਮ ਬੰਦੇ ਦੀ ਤਾਂ ਉਹਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਨੇ ਜੀ। ਤੇ ਬਾਦਲ ਸਾਹਿਬ ਭੇਡੂ ਲਿਆ ਸਕਦੇ ਨੇ, ਤੇ ਸਿੱਧੂ ਸਾਹਿਬ ਨੂੰ ਤਾਂ ਹੁਣ ਇਹਨਾਂ ਨੇ ਜਾਣ ਬੁੱਝ ਕੇ ਐਵੇਂ ਬਸ ਉਹਦੇ ਨਾਲ ਲਾਗਤਬਾਜ਼ੀ ਨਾਲ ਸਿਆਸਤ ਕਰਨੀ ਹੈ ਜੀ ਇਹਨਾਂ ਨੇ, ਹੋਰ ਕੋਈ ਗੱਲ ਨੀ। ਤੇ ਸਿੱਧੂ ਸਾਹਿਬ ਨੂੰ ਜ਼ਰੂਰ ਲਿਆ, ਕਿਉਂਕਿ ਲੋਕ ਹੁਣ ਸੋਚਦੇ ਨੀ ਏਡੇ ਬੇਵਕੂਫ ਨੀ ਵੀ ਸੇਰਾ ਕਰਤਾਰਪੁਰ ਵਾਲਾ ਕਿਹਦੇ ਸਿਰ ਤੇ ਆ ਜੀ। ਥੈਂਕ ਯੂ ਸਰ। ਮਿਹਰਬਾਨੀ। ਨਿੰਮਾ ਸੋਲ ਲਿਖਦੇ ਨੇ, ਕਹਿੰਦੇ ਜੀ ਇਮਰਾਨ ਖਾਨ ਮੋਦੀ ਨਾਲੋਂ 100 ਗੁਣਾ ਚੰਗਾ ਹੈ, ਜੇ ਮੋਦੀ ਓਨਲੀ ਜੁਮਲਾਬਾਜ਼ੀ ਹੈ ਤੇ ਸਿੱਧੂ ਸਾਹਿਬ ਜਿੰਦਾਬਾਦ ਹੈ। ਸਨੀ ਰਾਣਾ ਕਹਿੰਦੇ ਸਿੱਧੂ ਸਾਹਿਬ ਇਜ਼ ਅ ਗ੍ਰੇਟ ਲੀਡਰ ਪਰਸਨ, ਸਾਰਾ ਕ੍ਰੈਡਿਟ ਜਾਂਦਾ ਉਹਨਾਂ ਨੂੰ ਬਣਦਾ, ਉਹਨਾਂ ਨੂੰ ਦੇਣਾ ਬਣਦਾ। ਰਮਨਪ੍ਰੀਤ ਗਰੇਵਾਲ ਕਹਿੰਦੇ ਸਿੱਧੂ ਇਜ਼ ਵੈਰੀ ਗੁੱਡ ਥਿੰਕਿੰਗ, ਗੁੱਡ ਪਰਸਨ। ਅਤੇ ਮੱਖਣ ਸਿੰਘ ਚਾਹਲ ਕਹਿੰਦੇ ਸਿੱਧੂ ਸਾਹਿਬ ਸਿੱਖ ਕੌਮ ਦਾ ਮਾਣ ਹੈ। ਹਾਂਜੀ ਤਕਲੀਫ ਬਹੁਤ ਨੂੰ ਹੋਣੀ ਹੈ, ਨਿਰਵੈਲ ਸਿੰਘ ਦਾ ਕਹਿਣਾ ਹੈ। ਰੇਸ਼ਮ ਬਰਾੜ ਕਹਿੰਦੇ ਸਿੱਧੂ ਹੀਰੋ ਹੈ। ਗੁਲਜ਼ਾਰ ਸਿੰਘ ਕਹਿੰਦੇ ਅਰੂਸਾ ਬੇਗਮ ਆਲਸੋ ਸਿਟਿੰਗ ਔਨ ਸਟੇਜ ਦੈਟ ਟਾਈਮ ਔਰ ਨੋਟ। ਨਹੀਂ, ਅਰੂਸਾ ਤਾਂ ਉਸ ਤੋਂ ਬਾਅਦ ਆਈ ਗਈ ਹੋ ਗਈ ਜੀ, ਨਾ ਮਸ਼ੋਬਰਾ ਨਜ਼ਰ ਆਉਂਦੀ ਹੈ ਨਾ ਮਰੀ ਨਜ਼ਰ ਆਉਂਦੀ ਹੈ। ਮਰੀ ਪਾਕਿਸਤਾਨ ਦਾ ਸ਼ਹਿਰ ਹੈ ਜੀ, ਮਰੀ ਮਰਨ ਵਾਲਾ ਨਹੀਂ। ਸੋ ਕਿਉਂਕਿ ਜਦੋਂ ਬਾਂਹ ਮਰੋੜੀ ਗਈ ਸੀ ਤਾਂ ਅਰੂਸਾ ਆਲਮ ਨੇ ਵੀ ਇਸ ਕੋਰੀਡੋਰ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ, ਤੁਹਾਨੂੰ ਚੇਤੇ ਹੋਣਾ ਜਦੋਂ ਇਹ ਘਟਨਾ ਘਟੀ ਸੀ। ਤਾਂ ਅਰੂਸਾ ਵੈਸੇ ਤਾਂ ਪਤਾ ਹੀ ਨਹੀਂ ਲੱਗਦਾ ਜਦੋਂ ਸਰਕਾਰ ਬਣੀ ਹੈ ਵੀ ਕਿੱਧਰੋਂ ਆਉਂਦੀ ਕਿੱਧਰੋਂ ਜਾਂਦੀ ਹੈ। ਪਹਿਲਾਂ ਤਾਂ ਪਤਾ ਲੱਗ ਜਾਂਦਾ ਸੀ ਕਿ ਅਰੂਸਾ ਬਾਰਡਰ 'ਤੇ ਲੈਂਡ ਕਰ ਗਈ ਹੈ। ਇੱਕ ਜਲੰਧਰੀ ਅਖਬਾਰ ਨੇ ਵਿਸ਼ੇਸ਼ ਰਿਪੋਰਟਰ ਰੱਖੇ ਹੋਏ ਸਨ ਅਤੇ ਕੈਪਟਨ ਸਾਹਿਬ ਦੇ ਇੱਕ ਖਾਸ OST ਦੀ ਡਿਊਟੀ ਸੀ ਅਰੂਸਾ ਨੂੰ ਆਉਣ ਜਾਣ 'ਤੇ, ਜਿਹਨੂੰ ਤੁਸੀਂ ਕਹਿੰਦੇ ਚੁੱਕ ਕੇ ਲਿਆਉਣ ਦੀ। ਅਤੇ ਇਸੇ ਦੌਰਾਨ ਫਿਰ ਅਰੂਸਾ ਜਦੋਂ ਕ੍ਰੋਸ ਕਰ ਰਹੀ ਸੀ ਜ਼ੀਰੋ ਲਾਈਨ ਤਾਂ ਉਸਨੇ ਆਖਿਆ ਸੀ ਕਿ ਚੰਗਾ ਫੈਸਲਾ ਹੋਣਾ ਚਾਹੀਦਾ। ਵੈਸੇ ਵੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ 'ਚੋਂ ਅਰੂਸਾ ਆਲਮ ਪੈਦਾ ਹੋਈ ਸੀ, ਜਦੋਂ ਇਹ ਸਾਫ਼ ਮਾਨ ਦੀ ਜਰਨਲਿਸਟ, ਸਾਊਥ ਏਸ਼ੀਅਨ ਫਰੀ ਮੀਡੀਆ ਦੀ ਜਰਨਲਿਸਟ ਅਰੂਸਾ ਆਲਮ 2003 ਦੇ ਵਿੱਚ ਜਦੋਂ ਕਪਤਾਨ ਸਾਹਿਬ ਨੇ ਇੰਡੋ ਪਾਕਿਸਤਾਨੀ ਪੰਜਾਬ ਗੇਮਸ ਕਰਾਈਆਂ ਸੀ ਅਤੇ ਉਸ ਗੇਮ ਦੇ ਵਿੱਚ ਇਹ ਵੀ ਖਿਡਾਰਨ ਬਣੀ ਸੀ, ਪੱਤਰਕਾਰ ਸੀ, ਖਿਡਾਰਨ ਸਿਆਸੀ ਬਣ ਗਈ ਸੀਗੀ। ਖੈਰ ਗੱਲ ਇਹੀ ਹੈ ਕਿ ਜੇ ਇੱਕ ਪਾਕਿਸਤਾਨੀ ਨਾਗਰਿਕ, ਜੇ ਜਿਸ ਤਰ੍ਹਾਂ ਖੈਰੇ ਨੇ ਵੀ ਆਖਿਆ ਕਿ ਉੱਥੋਂ ਦੇ ਉਹ ਐਨਾਲਿਸਟ ਹੈ ਫੌਜ ਦੀ, ਸੁਰੱਖਿਆ ਦੀ, ਡਿਫੈਂਸ ਦੀ, ਜੇ ਉਹ CM ਹਾਊਸ ਰਹਿ ਸਕਦੀ ਹੈ ਤਾਂ ਫਿਰ ਦੇਸ਼ ਨੂੰ ਕੋਈ ਖਤਰਾ ਨਹੀਂ। ਜੇ ਸਿੱਧੂ ਪਾਕਿਸਤਾਨ ਜਾ ਕੇ ਇੱਕ ਜਨਤਕ ਮੀਟਿੰਗ ਦੇ ਵਿੱਚ ਉਹਨਾਂ ਨੂੰ ਪ੍ਰੋਟੋਕੋਲ ਮੁਤਾਬਕ ਮਿਲ ਲੈਂਦਾ ਜਵੇਦ ਨੂੰ ਅਤੇ ਉਹ ਗਦਾਰ ਹੋ ਗਿਆ, ਪਾਕਿਸਤਾਨ ਦੀ ਫੌਜ ਦੀ ਇੱਕ ਜਿਹੜੀ ਵਿਆਖਿਆਕਾਰ CM ਹਾਊਸ ਦੇ ਵਿੱਚ ਠਹਿਰਦੀ ਹੈ, ਆਪਣੇ ਕੁੱਤੇ ਚੀਕੂ ਨੂੰ ਲੈ ਕੇ ਉੱਥੇ ਚੀਕੂ ਚੀਕੂ ਕਰਦੀ ਫਿਰਦੀ ਹੈ, ਫੋਟੋਆਂ ਸਾਰੀਆਂ ਜਨਤਕ ਨੇ। ਆ ਜਿਹੜਾ ਚੱਡਾ ਪਰਿਵਾਰ ਦੀ ਨੂੰਹ ਨੇ ਸਾਰੀਆਂ ਫੋਟੋਆਂ ਪਾਈਆਂ ਸੀ ਕਿ CM ਹਾਊਸ ਦੇ ਵਿੱਚ ਸੀ, ਚੀਕੂ ਮੈਨੂੰ ਜ਼ਿਆਦਾ ਹੀ ਪਿਆਰ ਕਰਦਾ ਅਤੇ ਉੱਥੇ ਚੀਕੂ ਵੀ ਹੈ ਅਤੇ ਕੈਪਟਨ ਸਾਹਿਬ ਦਾ ਡਸਟੀ ਵੀ ਹੈ, ਉਹ ਇਕੱਠੇ ਰਹਿੰਦੇ ਨੇ, ਉੱਥੇ ਕਿਸੇ ਨੂੰ ਕੋਈ ਉਜ਼ਰ ਨਹੀਂ ਹੈ। ਪਰ ਉਹ ਹੈ ਨਾ ਵੀ ਕਿ ਸਾਡਾ ਕੁੱਤਾ ਕੁੱਤਾ ਅਤੇ ਤੁਹਾਡਾ ਕੁੱਤਾ ਫਿਰ ਡੌਗ ਬਣ ਜਾਂਦਾ। ਤੁਸੀਂ ਓਨਰ ਹੋ ਜੀ। ਹੈਲੋ, ਸਵਾਗਤ ਜੀ। ਸਤਿ ਸ਼੍ਰੀ ਅਕਾਲ ਬੋਲਾ ਸਿੰਘ ਜੀ, ਆ ਪਿੱਛੇ ਆਵਾਜ਼ ਘਟਾ ਦਿਓ। ਅੱਛਾ ਜੀ, ਆਪਾਂ ਮੋਬਾਈਲ ਹੀ ਪਰੇ ਕਰ ਲੈਣਾ ਵਾਲਾ ਜਾ ਜੀ ਜੀ। ਅੱਛਾ ਤਮਾਨਾ ਸਾਹਿਬ, ਜਿਹੜੀ ਇਹਨਾਂ ਦੀ ਸ਼ਾਸ ਹੈ ਨਾ ਇੰਨੀ ਗੰਦੀ ਹੋ ਗਈ, ਜੇ ਕੋਈ ਚੰਗਾ ਕੰਮ ਵੀ ਕਰਦਾ ਉਹਦਾ ਵਿਰੋਧ ਕਰਨਾ ਹੀ ਕਰਨਾ ਇਹਨਾਂ ਨੇ। ਸ਼ਾਸ ਇਹਨਾਂ ਨੂੰ ਐ ਨੀ ਹੈ ਵੀ ਇਹ ਚੰਗਾ ਕੰਮ ਹੋ ਗਿਆ ਤਾਂ ਆਪਾਂ ਰਲ ਕੇ ਕਰਕੇ, ਇਹਨਾਂ ਦੀ ਭਾਸ਼ਾ ਇਹ ਬਣ ਗਈ ਵੀ ਦੂਜੇ ਦਾ ਆਪਾਂ ਵਿਰੋਧ ਕਰਨਾ, ਇਹਦਾ ਨਾ ਚੰਗਾ ਹੋ ਜਾਵੇ ਸਾਡਾ ਵੀ ਚੱਕ ਮਾੜਾ ਹੋ ਜਾਵੇ। ਬਿਲਕੁਲ, ਇਹਨਾਂ ਨੂੰ ਇਹ ਸਿਸਟਮ ਹੈ। ਥੈਂਕ ਯੂ ਭੋਲਾ ਸਿੰਘ ਜੀ। ਇਹਨਾਂ ਦੀ ਤਾਂ ਇਹ ਹਾਲਾਤ ਹੈ ਕਿ ਆਪਣੀ ਭਾਵੇਂ ਕੰਧ ਢਹਿ ਜੇ, ਆਪਣਾ ਭਾਵੇਂ ਚਵਾਰਾ ਅਟਾਰੀ ਢਹਿ ਜੇ, ਪਰ ਗੁਆਂਢੀ ਦੀ ਮੈਂ ਜ਼ਰੂਰ ਮਰਨੀ ਚਾਹੀਦੀ ਹੈ, ਇਹ ਸੋਚ ਹੈ ਇਹਨਾਂ ਦੀ। ਸਿੱਧੂ ਨੂੰ ਜਾਣਾ ਚਾਹੀਦਾ। ਸ਼ਿੰਦਰ ਸਿੰਘ ਬਰਾੜ ਕਹਿੰਦੇ ਨੇ, ਗਿੱਲ ਜੁਗਰਾਜ ਕਹਿੰਦੇ ਨੇ, ਹੂ ਵਾਜ਼ ਅਰੈਸਟਡ ਬਾਏ ਪੁਲਿਸ ਐਜ਼ ਅ ਡੁਪਲੀਕੇਟ PF ਨਵਜੋਤ ਸਿੰਘ ਸਿੱਧੂ, ਹਿਜ਼ ਫੋਨ ਨੰਬਰ 98। ਖੈਰ ਇੱਦਾਂ ਦੇ ਹੋਣੇ ਜੀ ਬੰਦੇ ਕਈ ਪਲਾਂਟ ਕੀਤੇ ਜਾਂਦੇ ਨੇ। ਤੁਸੀਂ ਆਉਣਾ ਰਹੋ ਜੀ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਤਿਵਾਨਾ ਜੀ। ਜੀ ਬਨਵਾਸ ਸਾਹਿਬ ਸਵਾਗਤ ਵੀਰ। ਹਾਂਜੀ, ਮੈਂ ਕਿਹਾ ਜੀ ਜਿਹੜਾ ਕੋਰੀਡੋਰ ਖੋਲਣ ਜਾ ਰਹੇ ਨੇ ਇਹ ਇੱਕ ਪਿਆਰ ਦਾ ਸੁਨੇਹਾ ਹੈਗਾ ਜਿਹੜਾ ਕਿ ਇੱਕ A ਪੁਆਇੰਟ ਨੂੰ B ਪੁਆਇੰਟ ਨਾਲ ਜੋੜਦਾ ਹੈਗਾ ਜੀ। ਇੱਕ ਮੁਲਕ ਨੂੰ ਦੂਸਰੇ ਮੁਲਕ ਨਾਲ ਜੋੜ ਰਿਹਾ, ਸੰਗਤਾਂ ਦੀ ਭਾਵਨਾਵਾਂ ਨੇ ਉਹਦੇ ਅੰਦਰ, ਤੇ ਇਹ ਇੱਕ ਪਿਆਰ ਦਾ ਸੁਨੇਹਾ ਲੈ ਕੇ ਆ ਰਿਹਾ ਜੀ। ਇਹਦੇ ਅੰਦਰ ਵੀ ਅਗਰ ਕੋਈ ਲੋਕੀ ਪੋਲਿਟਿਕਸ ਕਰਦੇ ਨੇ ਜਾਂ ਨਫ਼ਰਤ ਫੈਲਾਉਂਦੇ ਨੇ, ਬੜਾ ਮੰਦਭਾਗਾ ਹੈਗਾ।
ਬਿਲਕੁਲ, ਜਿਹੜੇ ਲੋਕੀ ਇਹੋ ਜਿਹੀਆਂ ਗੱਲਾਂ ਕਰਦੇ ਨੇ ਪਹਿਲੇ ਉਹਨਾਂ ਨੂੰ ਕਹਿੰਦੇ ਹੁੰਦੇ ਆਪਣੇ ਮੰਜੇ ਥੱਲੇ ਉਸਨੂੰ ਮਾਰ ਕੇ ਦੇਖ ਲੈਣਾ ਚਾਹੀਦਾ ਝਾੜੂ। ਇਹਨਾਂ ਦੀ ਸਾਰੇ ਜਿਹੜੇ ਖੱਲਾ ਪਾਣਗੇ ਅਪਰਚੁਨਿਸਟ ਲੋਕ ਨੇ, ਮੌਕਾ ਪ੍ਰਸਤ ਲੋਕ ਨੇ, ਮੌਕੇ ਦੇ ਉੱਤੇ ਕਦੀ ਖੱਬੇ ਹੋ ਜਾਂਦੇ ਨੇ ਕਦੀ ਸੱਜੇ ਹੋ ਜਾਂਦੇ ਨੇ। ਇਹ ਉਹੀ ਲੋਕ ਨੇ ਜਿਹੜੇ ਕਿ ਕ੍ਰਿਮੀਨਲਾਂ ਨਾਲ ਵੀ ਜਿਸ ਤਰ੍ਹਾਂ ਜਿਹੜੇ ਕਰਪਟ ਲੋਕੀ ਨੇ ਜਾਂ ਰੇਪਿਸਟ ਲੋਕੀ ਨੇ ਜਾਂ ਤੁਸੀਂ ਵੇਖੋ ਕਿਹੋ ਜਿਹੇ ਕ੍ਰਾਈਮ ਕਰਨ ਵਾਲੇ ਲੋਕੀ ਚੌਥਾ ਕਰਕੇ ਆਪਣੇ ਮੌਕੇ ਦੇ ਕਰਦੇ ਨੇ ਤੇ ਇਹਨੂੰ ਕੋਈ ਅਸੂਲ ਨਹੀਂ, ਝੂਠੀਆਂ ਕਸਮਾਂ ਤੱਕ ਖਾਂਦੇ ਨੇ। ਇਸ ਕਰਕੇ ਪਬਲਿਕ ਨੂੰ ਜਾਗਰੂਕ ਹੋ ਕੇ ਸਿੱਧੂ ਵਰਗੇ ਇਮਾਨਦਾਰ ਨੇਤਾਵਾਂ ਦਾ ਸਾਥ ਦੇਣਾ ਚਾਹੀਦਾ ਤੇ ਸਿੱਧੂ ਨੂੰ ਜਾ ਕੇ ਇਸ ਪਿਆਰ ਦੇ ਸੁਨੇਹੇ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਜੇ ਬਿਨਾਂ ਕਿਸੇ ਕਿਸਮ ਦੀ ਪਰਵਾਹ ਕੀਤੇ ਹੋਏ, ਕਿਉਂਕਿ ਬਾਕੀ ਜਿਹੜੇ ਵੀ ਹੱਲਾ ਪਾਉਣਗੇ ਉਹ ਪਹਿਲੇ ਆਪਣੇ ਆਪਣੇ ਵੱਲ ਦੇਖ ਲੈਣ। ਜਿਹਨਾਂ ਦੇ ਖੁਦ ਆਪਣੇ ਮਕਾਨ ਆਪਣੇ ਕਮਰੇ ਸ਼ੀਸ਼ੇ ਦੇ ਹੁੰਦੇ ਨੇ, ਦੂਸਰਿਆਂ ਦੇ ਪਾਸੇ ਪੱਥਰ ਸੁੱਟਣ ਤੋਂ ਪਹਿਲੇ ਉਹ ਸਮਝ ਜਾਣ ਕਿ ਅਸੀਂ ਖੁਦ ਹੈ ਕੀ ਹਾਂ। ਥੈਂਕ ਯੂ, ਮਿਹਰਬਾਨੀ ਬਨਵਾਸ ਸਾਹਿਬ। ਪਰਤੋਂ ਪ੍ਰੋਬਲਮ ਇਹ ਹੈ ਨਾ ਕਿ ਵੀਰ ਮੇਰਿਆ, ਸਾਡੀ ਯਾਦਾਸ਼ਤ ਬਹੁਤ ਥੋੜ੍ਹੀ ਹੈ। ਹੁਣ ਭਾਰਤੀ ਫੌਜ ਦੇ ਜਵਾਨਾਂ ਲਈ ਖਰੀਦੇ ਕੱਫਣਾਂ 'ਚੋਂ ਪੈਸੇ ਇਹਨਾਂ ਨੇ ਕਿਵੇਂ ਕੀਤੇ ਸੀ? ਤਹਿਲਕਾ ਵਾਲਿਆਂ ਨੇ ਸਟਿੰਗ ਆਪਰੇਸ਼ਨ ਕੀਤਾ ਸੀ ਤਰੁਣ ਤਾਜ ਤੇਜਪਾਲ ਨੇ, ਉਹ ਅਜਿਹਾ ਬਲਾਤਕਾਰ 'ਚ ਇਹਨਾਂ ਨੇ ਫਸਾਇਆ ਅਜੇ ਤੱਕ ਉਹ ਰਾਸ ਨਹੀਂ ਆਇਆ। ਕਿਵੇਂ ਇਹਨਾਂ BJP RSS ਵਾਲਿਆਂ ਦਾ ਹੀਜ ਪਿਆ ਜਨੰਗਾ ਹੋਇਆ ਸੀ, ਲੱਖ ਲੱਖ ਰੁਪਈਆ ਵੀ ਇਹ ਵਿਕ ਗਏ ਸੀਗੇ ਉਹਨਾਂ ਸਟਿੰਗ ਆਪਰੇਸ਼ਨਾਂ 'ਚ, ਸਾਰਾ ਕੁਛ ਸਾਹਮਣੇ ਪਿਆ। ਗੋਆ ਦੇ ਵਿੱਚ ਕੀ ਕੁਛ ਨਹੀਂ ਸੀ ਹੋਇਆ, ਅਤੇ ਫਿਰ ਕਿਵੇਂ ਤਰੁਣ ਤੇਜਪਾਲ ਨੂੰ ਇੱਕ ਹਨੀ ਟਰੈਪ ਦੇ ਵਿੱਚ ਫਸਾ ਕੇ ਟੰਗਿਆ ਗਿਆ। ਠੀਕ ਹੈ, ਹਰ ਬੰਦੇ ਦੀ ਕਮਜ਼ੋਰੀ ਹੁੰਦੀ ਹੈ, ਉਹ ਟਰੈਪ 'ਚ ਆ ਗਿਆ। ਪਰ ਗੱਲ ਇਹ ਹੈ ਕਿ ਤੁਸੀਂ ਤਾਂ ਕੱਫੜਾਂ 'ਚੋਂ ਵੀ ਪੈਸੇ ਖਾ ਗਏ ਹੋ। ਬੋਫਰ ਦੇ ਵਿੱਚ ਕਾਂਗਰਸ ਖਾ ਗਈ ਹੈ, ਸ਼ਰੇਆਮ ਖਾ ਗਈ ਹੈ। ਕਾਂਗਰਸ ਨੇ ਕੀ ਦਿੱਤਾ? ਖੱਬੇ ਪੱਖੀ, ਸੱਜੇ ਪੱਖੀ, ਸਾਰਿਆਂ 'ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ, ਪਰ ਉਹ ਦੁੱਧ ਧੋਤੇ ਹੋ ਜਾਂਦੇ ਨੇ ਨਾ ਪਿੱਛੋਂ, ਅਸੀਂ ਭੁੱਲ ਜਾਂਦੇ ਹਾਂ, ਭਗਤ ਬਣ ਜਾਂਦੇ ਹਾਂ ਉਹਨਾਂ ਲੋਕਾਂ ਦੇ। ਆਵਾ ਹੀ ਉੱਤੇ ਪਿਆ, ਪੋਲੀਟੀਕਲ ਸੋਚ ਕੋਈ ਨਜ਼ਰ ਨਹੀਂ ਆਉਂਦੀ। ਖੈਰ, ਸਭ ਤੋਂ ਵੱਡੀ ਗੱਲ ਹੈ ਨਾ ਕਿ ਜੇ ਅਸੀਂ ਲੋਕ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਨੇਹਾ, ਕਿਰਤ ਦਾ ਸੁਨੇਹਾ, ਆਪਣੀ ਆਪਣੀ ਜਿਹੜੀ ਜੌਬ ਹੈ, ਆਪਣੀ ਆਪਣੀ ਜਿਹੜੀ ਕਿਰਤ ਹੈ, ਉਸਨੂੰ ਇਮਾਨਦਾਰੀ ਨਾਲ ਕਰੀਏ ਤਾਂ ਆਪੇ ਹੀ ਇੱਥੇ ਸਵਰਗ ਹੋ ਸਕਦਾ, ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕਦਾ। ਪਰ ਅਸੀਂ ਕਿਸੇ ਹੋਰ ਸਵਰਗ ਦੀ ਆਸ ਦੇ ਵਿੱਚ ਇੱਥੇ ਨਰਕ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹੀ ਨੀਤੀਆਂ ਸਾਡੇ ਇਹਨਾਂ ਨੇਤਾਵਾਂ ਦੀਆਂ ਨੇ, ਇਹੀ ਨੀਤੀਆਂ ਕੁਝ ਹੱਦ ਤੱਕ ਆਵਾਮ ਦੀਆਂ ਵੀ ਹੋ ਰਹੀਆਂ ਨੇ। ਸੋ ਦੋਸਤੋ, ਕੱਲ੍ਹ ਫਿਰ ਮਿਲਣ ਦੇ ਵਾਅਦੇ ਨਾਲ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਤੋਂ ਅੱਗੇ ਚਾਹਾਂਗਾ। ਥੋੜ੍ਹੀ ਆਵਾਜ਼ ਦੀ ਪ੍ਰੋਬਲਮ ਸੀ, ਸਿਹਤ ਦੀ ਨਸਾਜੀ ਸੀ, ਪਰ ਫਿਰ ਵੀ ਜੌਬ ਹੈ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜੌਬ ਆਖਰੀ ਦਮ ਤੱਕ ਨਿਭਾਉਣੀ ਚਾਹੀਦੀ ਹੈ। ਇਹ ਸ਼ਾਇਦ ਕੁਆਲਿਟੀ ਥੋੜ੍ਹੀ ਲੋਅ ਹੋ ਸਕਦੀ ਹੈ, ਮਾੜੀ ਹੋ ਸਕਦੀ ਹੈ, ਪਰ ਆਪਣੀ ਜੌਬ ਹੈ ਜੀ, ਪੈਸੇ ਮਿਲਦੇ ਆ ਇਸ ਘੰਟੇ ਦੇ ਵੀ, ਛੁੱਟੀ ਮਾਰਨ ਨੂੰ ਮਾਰ ਸਕਦੇ ਹਾਂ, ਪਰ ਜ਼ਮੀਰ ਅਲਾਓ ਨਹੀਂ ਕਰਦੀ। ਤੁਹਾਡਾ ਵੀ ਇੰਟਰਟੇਨ ਹੋ ਜਾਂਦਾ, ਸਾਡੀ ਵੀ ਰੂਹ ਖਿੜ ਜਾਂਦੀ ਹੈ। ਸੋ ਜੇ ਡਿਸਟਰਬੈਂਸ ਹੋਈ ਤਾਂ ਉਸਦੀ ਮਾਫ਼ੀ। ਸੋ ਕੱਲ੍ਹ ਫਿਰ ਮਿਲਣ ਦੇ ਵਾਅਦੇ ਦੇ ਨਾਲ ਆਪ ਜੀ ਤੋਂ ਆ ਗਿਆ ਧੰਨਵਾਦ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।